ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਕੀ ਕਹਿੰਦੇ ਹੁੰਦੇ ਨਾ ਕਿ ਨਾ ਫਲਸਫਾ ਸਮਝੋ ਬਸ ਇਸਰਾਰੇ ਸਿਆਸਤ ਸਮਝੋ ਜ਼ਿੰਦਗੀ ਇੱਕ ਹਕੀਕਤ ਹੈ ਸਿਰਫ ਹਕੀਕਤ ਸਮਝੋ ਨਾ ਜਾਣੇ ਕਿਸ ਦਿਨ ਹੋ ਜਾਏ ਹਵਾਏ ਵੀ ਨਿਲਾਮ ਹਾਂ ਬਸ ਸਵਾਸ ਚੱਲ ਰਿਹਾ ਇਹ ਗਨੀਮਤ ਸਮਝੋ ਦਰਸ਼ਕੋ ਆਪਾਂ ਗੱਲਾਂ ਬਹੁਤ ਸੀ ਕਿ ਅਫਗਾਨਿਸਤਾਨ 'ਚ ਕੀ ਚੱਲ ਰਿਹਾ ਆ ਇੰਡੀਆ 'ਚ ਕੀ ਚੱਲ ਰਿਹਾ ਆ ਗੰਨੇ ਦਾ ਭਾਵ ਕੀ ਚੱਲ ਰਿਹਾ ਇਹ ਹੋ ਗਿਆ ਉਹ ਹੋ ਗਿਆ ਉਹ ਗੱਲਾਂ ਬਾਅਦ ਦੀਆਂ ਨੇ ਆਪਾਂ ਇੱਕ ਗੱਲ ਕਰਦੇ ਹੁੰਦੇ ਕਿ ਜਿਹੜਾ ਗੰਨੇ ਦਾ ਭਾਵ ਨੂੰ ਲੈ ਕੇ ਚੱਲ ਰਿਹਾ ਸੀ 360 ਰੁਪਏ ਪ੍ਰਤੀ ਕੁਇੰਟਲ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੈੱਟ ਕਰ ਦਿੱਤਾ ਕਿਸਾਨ ਟੰਡੇ ਹੋ ਗਏ ਉਸ ਮੁੱਦੇ 'ਤੇ ਤਾਂ ਉਦੋਂ ਬਾਅਦ ਆਪਾਂ ਜੇ ਪਾਜ਼ਿਟਿਵ ਨੋਟ 'ਤੇ ਗੱਲ ਕਰੀਏ ਦਰਸ਼ਕੋ ਅਤੇ ਅੱਜ ਲੁਧਿਆਣਾ ਸਿਟੀ ਦੇ ਵਿੱਚ ਪਿਛਲੇ 24 ਘੰਟਿਆਂ 'ਚ ਕੋਈ ਕਰੋਨਾ ਪਾਜ਼ਿਟਿਵ ਨਹੀਂ ਆਇਆ ਇਹ ਪਾਜ਼ਿਟਿਵ ਨੋਟ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇੱਕ ਪੋਜ਼ਿਟਿਵ ਜੇ ਆਪਾਂ ਸੋਚੀਏ ਪੋਜ਼ਿਟਿਵ ਗੱਲ ਤਾਂ ਸੁਪਰੀਮ ਮਾਣਯੋਗ ਸੁਪਰੀਮ ਕੋਰਟ ਨੇ ਦੇ ਵਿੱਚ ਕਿਸੇ ਨੇ ਅਰਜ਼ੀ ਪਾਈ ਸੀ ਕਿ ਜਿਹੜੀਆਂ ਦਿੱਲੀ ਦੀਆਂ ਹੱਦਾਂ 'ਤੇ ਬਰੂਹਾਂ 'ਤੇ ਕਿਸਾਨ ਬੈਠੇ ਨੇ ਉਹਦਾ ਕਰਕੇ ਬੜਾ ਸਾਨੂੰ ਦਿੱਕਤ ਹੋ ਰਹੀ ਦਿੱਲੀ ਦੀ ਸਿਟੀ ਦੇ ਐਂਟਰ ਹੋਣ ਨੂੰ ਅਤੇ ਬਾਹਰ ਆਉਣ ਜਾਣ ਨੂੰ ਅਤੇ ਸੁਪਰੀਮ ਕੋਰਟ ਨੇ 2 ਹਫ਼ਤਿਆਂ ਦਾ ਯਾਨੀ ਕਿ 20 ਸਪਟੈਂਬਰ ਤੱਕ ਐਕਚੁਅਲੀ ਟਾਈਮ ਦੇ ਦਿੱਤਾ ਕੇਂਦਰ ਸਰਕਾਰ ਨੂੰ ਯੂਪੀ ਸਰਕਾਰ ਨੂੰ ਅਤੇ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਇਸ ਕਿਸਾਨਾਂ ਨੂੰ ਹੱਕ ਹੈ ਪ੍ਰੋਟੈਸਟ ਕਰਨ ਦਾ ਪਰ ਤੁਸੀਂ ਇਸ ਮਸਲੇ ਦਾ ਹੱਲ ਕੱਢੋ ਕਿਉਂਕਿ ਪਰਮਾਨੈਂਟਲੀ ਕੋਈ ਵੀ ਰੋਡ ਬਲਾਕ ਨਹੀਂ ਕੀਤੀ ਜਾ ਸਕਦੀ ਪਰ ਸੋਚਣ ਵਾਲੀ ਇਹ ਗੱਲ ਹੈ ਕਿ ਕਿਸਾਨਾਂ ਨੇ ਤਾਂ ਕੋਈ ਰੋਡ ਬਲਾਕ ਕੀਤੀ ਨਹੀਂ ਹਾਂ ਆਵਾਜਾਈ ਲਈ ਇੱਕ ਅੱਧੀ ਲੇਨ ਬੰਦ ਜ਼ਰੂਰ ਹੁੰਦੀ ਹੈ ਕਿਉਂਕਿ ਐਡਾ ਵੱਡਾ ਲਸ਼ਕਰ ਜਿੱਥੇ ਬੈਠਾ ਹੋਵੇ ਜ਼ਰੂਰ ਕੁਛ ਨਾ ਕੁਛ ਤਾਂ ਬਲਾਕ ਹੁੰਦਾ ਆ ਪਰ ਪਰਮਾਨੈਂਟ ਕੁਛ ਵੀ ਬਲਾਕ ਨਹੀਂ ਹੈ ਪਰ ਪਾਜ਼ਿਟਿਵ ਨੋਟ 'ਤੇ ਆਪਾਂ ਇਹ ਦੇਖਦੇ ਹਾਂ ਕਿ ਸੁਪਰੀਮ ਕੋਰਟ ਨੇ ਜੋ ਇਹ 20 ਸਪਟੈਂਬਰ ਤੱਕ ਦਾ ਟਾਈਮ ਦਿੱਤਾ ਹੋ ਸਕਦਾ ਕੋਈ ਗੱਲਬਾਤ ਸਿਰੇ ਚੜ੍ਹ ਜੇ ਆਪਾਂ ਗੱਲ ਮੁੱਦੇ 'ਤੇ ਕਰਦੇ ਹਾਂ ਮੁੱਦਾ ਇਹ ਹੈ ਕਿ ਰਾਸ਼ਟਰਵਾਦ ਹੁਣ ਆਪਾਂ ਨਾਮ ਵੀ ਲਵਾਂਗੇ ਪਰ ਉਹ ਕਰਦਾ ਹਰ ਪੋਲੀਟੀਕਲ ਬੰਦਾ ਕਰਦਾ ਆ ਡਿਪਟੀ ਸੀ ਐਮ ਜਿਹੜੇ ਪਹਿਲਾਂ ਪੰਜਾਬ ਦੇ ਸੀ ਉਹ ਆ ਕੇ ਕਹਿੰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪਹਿਲਾਂ ਸੀਗੇ ਹੁਣ ਨਹੀਂ ਉਹ ਗੱਲ ਕਰਦੇ ਆ ਕਿ ਮੈਂ ਦਲਿਤ ਨੂੰ ਉਪ ਮੁੱਖ ਮੰਤਰੀ ਬਣਾ ਦੇਣਾ ਇੱਕ ਹਿੰਦੂ ਭਾਈਚਾਰੇ 'ਚੋਂ ਬਣਾ ਦੇਣਾ ਦੂਜੇ ਪਾਸੇ ਕੇਜਰੀਵਾਲ ਸਾਹਿਬ ਆਉਂਦੇ ਨੇ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਪੰਜਾਬ 'ਚ ਆਉਂਦੇ ਨੇ ਕਿ ਸਿੱਖ ਭਾਈਚਾਰੇ 'ਚੋਂ ਇੱਕ ਮੁੱਖ ਮੰਤਰੀ ਹੋਏਗਾ ਪੰਜਾਬ ਦਾ ਰਹਿਣ ਵਾਲਾ ਹੋਊਗਾ ਉਹੀ ਜਾ ਕੇ ਉੱਤਰਾਖੰਡ ਜਿਹੜੇ ਆ ਗੱਲ ਕਰ ਲੈਂਦੇ ਹੈ ਕਿ ਇੱਥੋਂ ਦੇ ਇੱਕ ਵਿਸ਼ੇਸ਼ ਭਾਈਚਾਰੇ 'ਚੋਂ ਆਹ ਬੰਦਾ ਮੁੱਖ ਮੰਤਰੀ ਹੋਊਗਾ ਅਤੇ ਉਹ ਨਾਮ ਵੀ ਅਨਾਊਂਸ ਕਰ ਦਿੰਦੇ ਪਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਉੱਤਰਾਖੰਡ ਨੂੰ ਜਿਹੜਾ ਸਾਡਾ ਮਾਣਯੋਗ ਹਿੰਦੂ ਭਾਈਚਾਰਾ ਪੂਰੇ ਵਰਲਡ ਦੇ ਵਿੱਚ ਉੱਤਰਾਖੰਡ ਨੂੰ ਇੱਕ ਦੇਵ ਭੂਮੀ ਯਾਨੀ ਕਿ ਪੂਰੇ ਹਿੰਦੂਆਂ ਲਈ ਉਹਨਾਂ ਦੀ ਰਾਜਧਾਨੀ ਧਾਰਮਿਕ ਰਾਜਧਾਨੀ ਅਸੀਂ ਬਣਾ ਦਿਆਂਗੇ ਪੂਰੇ ਉੱਤਰਾਖੰਡ ਨੂੰ ਦੇਖੋ ਭਾਵਨਾਵਾਂ ਹੁੰਦੀਆਂ ਉਹਦੀ ਆਪਾਂ ਪੂਰੀ ਕਦਰ ਕਰਦੇ ਹਾਂ ਹਰੇਕ ਧਰਮ ਦੀ ਕਦਰ ਕਰਦੇ ਹਾਂ ਮੈਂ ਮੁੱਦੇ 'ਤੇ ਆਉਣਾ ਮੁੱਦੇ 'ਤੇ ਮੁੱਦਾ ਇਹ ਹੈ ਕਿ ਹਰ ਕੋਈ ਆਪਣੇ ਆਪ ਨੂੰ ਵੱਡਾ ਰਾਸ਼ਟਰਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਰਾਸ਼ਟਰਵਾਦੀ ਕਿ ਮੈਂ ਆਹ ਵੀ ਰੱਖ ਲਵਾਂ ਆਹ ਵੀ ਰੱਖ ਲਾਂ ਗੱਲ ਫਿਰ ਥੱਲੇ ਤਬਕੇ 'ਤੇ ਆ ਜਾਂਦੀ ਹੈ ਕਿ ਆਪਾਂ ਵੀ ਕਿਤੇ ਨਾ ਕਿਤੇ ਕਸੂਰਵਾਰ ਨਹੀਂ ਆਪਾਂ ਜੇ ਕਹਿ ਦਿੰਦੇ ਹਾਂ ਕਿ ਜੀ ਸਾਡੇ ਬਾਬੇ ਦੇ ਨਾਂ 'ਤੇ ਆ ਚੌਂਕ ਦਾ ਨਾਮ ਨਹੀਂ ਰੱਖਿਆ ਤਾਂ ਅਸੀਂ ਇਸ ਗੌਰਮੈਂਟ ਨੂੰ ਵੋਟ ਨਹੀਂ ਪਾਉਣੀ ਦੂਸਰਾ ਫਿਰ ਉਸੇ ਚੀਜ਼ ਨੂੰ ਦੂਜਾ ਜਿਹੜਾ ਰਾਜਨੀਤਿਕ ਪਾਰਟੀ ਵਾਲਾ ਬੰਦਾ ਹੁੰਦਾ ਜਾਂ ਰਾਜਨੇਤਾ ਹੁੰਦਾ ਆ ਉਹ ਕਹਿੰਦਾ ਕਿ ਆ ਇਹਨਾਂ ਦੀ ਕਮਜ਼ੋਰੀ ਇਹਨੂੰ ਫੜ ਲਓ ਆਪਾਂ ਕਮਜ਼ੋਰੀ ਆਪ ਮੋਹਰੇ ਕਰ ਦਿੰਦੇ ਬਜਾਏ ਕਿ ਆ ਉਹ ਕਹਿ ਦਿੰਦਾ ਕਿ ਤੁਹਾਡੇ ਬਾਬੇ ਦੇ ਨਾਂ 'ਤੇ ਅਸੀਂ ਆਹ ਚੌਂਕ ਦਾ ਨਾਂ ਰੱਖਤਾ ਆ ਸੜਕ ਦਾ ਨਾਂ ਰੱਖਤਾ ਅਤੇ ਆਪਾਂ ਨੂੰ ਲੋਲੀਪੋਪ 'ਤੇ ਲਾ ਜਾਂਦੇ ਆ ਬਜਾਏ ਇਹ ਕਿ ਇਹ ਕਹਿਣਾ ਕਿ ਦਲਿਤ ਭਾਈਚਾਰੇ 'ਚੋਂ ਉਪ ਮੁੱਖ ਮੰਤਰੀ ਬਣਾਵਾਂਗੇ ਬਜਾਏ ਇਹ ਕਹਿਣਾ ਕਿ ਅਸੀਂ ਫਲਾਣੇ ਭਾਈਚਾਰੇ 'ਚੋਂ ਇਹ ਜਾਣਾਂਗੇ ਆਹ ਚੀਜ਼ ਬਣਾਵਾਂਗੇ ਤਾਂ ਕਿ ਉਹ ਭਾਈਚਾਰਾ ਅੱਗੇ ਆ ਸਕੇ ਕਿ ਆਪਾਂ ਐਜ਼ ਅ ਭਾਈਚਾਰਾ ਹੀ ਇਹ ਨਾ ਕਹੀਏ ਕਿ ਸਾਡੇ ਜਿਹੜੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਡਿਸਪੈਂਸਰੀ ਨਹੀਂ ਹੈ ਸਾਨੂੰ ਉਹ ਦਿਓ ਚੰਗੀ ਐਜੂਕੇਸ਼ਨ ਦਿਓ ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਕਿਤੇ ਚੰਗੇ ਸੈੱਟ ਹੋ ਜਾਣ ਸਾਨੂੰ ਕੋਈ ਲੋੜ ਨਹੀਂ ਕਿਸੇ ਦੇ ਦੇਖੋ ਧਾਰਮਿਕ ਚੀਜ਼ਾਂ ਦੀ ਜਿਹੜੀ ਭਾਵਨਾਵਾਂ ਦੀ ਕਦਰ ਆਪਾਂ ਕਰਦੇ ਹਾਂ ਹਰੇਕ ਧਰਮ ਦੀ ਸਾਡੇ ਸਨਮਾਨਯੋਗ ਨੇ ਪਰ ਗੱਲ ਪ੍ਰੈਕਟੀਕੈਲਿਟੀ 'ਤੇ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ 'ਤੇ ਝਾਤ ਪਾਉਣ ਲਈ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਮਾਣਯੋਗ ਰਾਜੀਵ ਗੁਦਾਰਾ ਜੀ ਸਾਡੇ ਨਾਲ ਬਣੇ ਹੋਏ ਪਹਿਲਾਂ ਨਾਲ ਸਵਾਗਤ ਕਰਦੇ ਹੋਏ ਗੱਲ ਕਰਦੇ ਗੁਰਦਾਸ ਸਾਹਿਬ ਸਤਿ ਸ਼੍ਰੀ ਅਕਾਲ ਰਾਮ ਰਾਮ ਚੌਧਰੀ ਸਾਹਿਬ ਕੀ ਹਾਲ ਹੈ ਸਰ ਅੱਗੇ ਆਪਾਂ ਲੇਟ ਹੋ ਗਏ ਕੋਈ ਟੈਕਨੀਕਲ ਇਸ਼ੂ ਦਾ ਕਰਕੇ ਮੈਂ ਮੁੱਦੇ 'ਤੇ ਆਉਣਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਸੁਪਰੀਮ ਕੋਰਟ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਆ ਕਿ ਸੜਕਾਂ ਪਰਮਾਨੈਂਟਲੀ ਬਲਾਕ ਨਹੀਂ ਕੀਤੀਆਂ ਜਾ ਸਕਦੀਆਂ ਮੰਨਿਆ ਪਰ ਉਹਨਾਂ ਨੇ ਗੌਰਮੈਂਟ ਨੂੰ ਸੈਂਟਰਲ ਗੌਰਮੈਂਟ ਹਰਿਆਣਾ ਅਤੇ ਯੂਪੀ ਗੌਰਮੈਂਟ ਨੂੰ ਕਿਹਾ ਕਿ ਇਹਦਾ ਹੱਲ ਲੱਭੋ ਹੱਲ ਤਾਂ ਸਿਰਫ ਸੈਂਟਰਲ ਗੌਰਮੈਂਟ ਹੀ ਲੱਭ ਸਕਦੀ ਹੈ ਚਲੋ 20 ਤਰੀਕ ਤੱਕ ਦਾ ਸਮਾਂ ਆਪਾਂ ਉਡੀਕ ਲੈਂਦੇ ਹਾਂ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਹੱਲ ਵੱਲ ਜਾ ਰਹੇ ਹਾਂ ਆਪਾਂ ਬਾਕੀ ਮੁੱਦਿਆਂ 'ਤੇ ਫਿਰ ਆਉਂਦੇ ਹਾਂ
मैं ये समझ नहीं पा रहा कि तुम हल्के नु कह रहे हो। दो तरह के हल की गल हो सकती है। जी एक हल है किसान अंदोलन जो चल रहा है, अंदोलन के मुद्दे की हल की गल है। हाँ जी दूजा जो पटीशनर आया जिन्हें क्या राह खोले जा जान वो जरा वो पटीशनर है वह जरा मुद्दा है वह हल की गल है। असल च साडे देश दे विच मैनू जो सब तो वड्डा खतरा लगता है, जो बड़ी चिंता की गल लगती है, वो है कि साडा जो डिस्कोर्स है विमर्श है जी वो पैरों थलो पैरों तो उठ पासे हो चुके, वो पैर जमीन पर नहीं गए हुण। इस करके ये बहस 9 महीने तो किसान बुरुहां ते बैठे ने दिल्ली दे। तुसीं जिक्र किया सी कि भी कोई राह पूरी तरह नहीं रुकिया। मेरी जानकारी के मुताबिक जो सिंघू बॉर्डर ते टिकरी बॉर्डर है उत्थे तरह पूरी तरह रुकिया है। परसों मेरे एक दोस्त दिल्ली तो आए थे, उन्होंने कहा दिल्ली तो चंडीगढ़ आने लगे उन्होंने 8 घंटे लगे, काफी घूम के आना पे अंदरों ते अंदर भी जाम लगे सी। ये सच्चाई है जी। पर जो डिस्कोर्स शुरू होना चाहिए, जी बहस समाज के चलनी चाहिए है, किसान मुद्दे से चलनी चाहिए, वो एक गल। दूजा यह भी चलनी चाहिए सी कि अंदोलन करने वाले लोकतंत्र के जिन्होंने आपकी गल रखनी है वो गल किवें रखना, जो गल रखते हैं तो उन्होंने प्रोटेस्ट के कई रास्ते अपनाने पैंदे ने, सड़क रोकनिया पैंदिया ने, राह बंद करने पैंदे ने, कई तरह की कॉल देनी पैंदी है, तो फिर सरकार उन्होंने रिस्पोंड कदों करनगियां। एक बड़ा विचित्र तरह के लोकतंत्र के असं शामिल मतलब एंट्री कर चुके हैं जिथे सरकार कह रही है तुसी प्रोटेस्ट कर सकते हो, कोर्ट कह रही है तुसी प्रोटेस्ट कर सकते हो, तुसी बैठे हो ते पर सरकार तुहाडी गल सुन नहीं रही, 9 महीने हो गए। पर ये कई पासों वेखो इहनूं तां बड़ी चिंता की गल है। मैं तुहानूं इक होर जिक्र कर दिया, मतलब जिहड़ा विमर्श जिथे शुरू होना चाहिए है। मैं नहीं कह रहा, मैं बिल्कुल अंदोलन के समर्थन दे विच आ, पर बावजूद लोकतंत्र के परस्पेक्टिव तों गल करो तो विमर्श शुरू होना चाहिए कि लोग जो अंदोलन करे वो किवें करे की करे तो सरकार सुनगियां, जे सरकार नहीं सुन गया तो उन्होंने जवाबदेही की होगी। हम कोर्ट के पटीशन तो जाती है कि तुसी राह खाली करा दो, कोर्ट स्टेट तो जवाब भी मंगती है तुसी खाली कराने का तुहाडे कोल उपचार की है, राह की लभ रहे हो तुसी। पर हले ये गल नहीं आई, ना पहला आई ना हुण आई कि सरकार किसानों की गल नूं रिस्पोंड किवें कर रही है, गुरदारा साहब मैं उससे कोर्ट ने गल कर रहा है। चलो जे किसानों का मुद्दा हल हो गया तो ऑटोमैटिकली पटीशनर का भी हो गया, ठीक है। चलो अपन देश अरदास कर सकते हैं, परम पिता परमात्मा बारे प्रार्थना कर सकते हैं कि गल किसी बने लगे। आप अज का मुद्दा अपना हो रहा हो तो मैं सिर्फ आपकी जानकारी है दर्शकों के एक वलवले सके कि शायद गुरदारा साहब दसन कि शायद 20 सितंबर तक सरकार वाकई सीरीयस हो जूगी, कुछ ना कुछ हल निकलूगा। एनीवे आप मुद्दे तो आने गुरदारा साहब, हरेक राजनीतिक दल हरेक राजनेता इतने आके अड़ जाता कि मेरे भाईचारे च आ गया तो तुहानू जी असीं आ दे दांगे, तुहाडा आह बना दांगे, आह बना दांगे, उधर चल गया उधर बना दांगे। एक किते ना किते आपां सिर्फ प्रैक्टिकैलिटी तो बहुत दूर नहीं जा रहे, और इहदा जिम्मेवार आपां खुद नहीं है कि मेरे बाबे दे नां ते सड़क दा नां नहीं रख्या, चौंक दा नां नहीं रख्या, तो उही अपनी जिहड़ी कमजोर नस आ उह राजनीतिक दल या राजनेता फड़ लेंदे आ, तो दूजी बार वह आए कि ठीक है ये आह चीज़ मंगते दे दो, साडा की है आह दे के तो आप उन्होंने वोटा दे दें। आप नहीं कहते कि मेरे पिंड च मेरे शहर च डिस्पेंसरी नहीं है, हाई स्कूल दे विच आ कमियां ने, मेरे को कुड़ियां दे कॉलेज कुड़ियां बचे बहुत दूर जाना पैंदा, ईवन मुंडियां नूं सानूं उस लायक बनाओ, सानूं वधिया एजुकेशन दिओ, तो उदों बाद इदारे कायम करो जिथे जाके नौकरियां कीतियां जा सकन। गुरदारा साहब आपां उस प्रैक्टिकैलिटी देखो सारे धर्मां दा समान है, साडे असी समझ तो सारे दा समान करदे हां, सारे आदर योग ने, आपां उधर नहीं जा रहे। मेरे कहण तों भाव कि आपां उस प्रैक्टिकैलिटी तों क्यों दूर हो रहे हां। गुरलाल जी फिर मैं तुहानूं एक गल कहना चाहूंगा कि दो परस्पेक्टिव ने जी, दो ही महत्वपूर्ण ने, स्कूल डिस्पेंसरी लोगों की सुविधावां यह सारिया बहुत महत्वपूर्ण ने जी, पर एट द सेम टाइम जिहड़े समाज वो समाज पर्टिकुलर समाज तो होण करके वो जाति धर्म क्षेत्र लिंग यह सारिया कारण करके डिप्राइव्ड ने, मार्जिनलाइज्ड ने, हाशिए ते धकेल दिते गए ने, ते उन्हां दी आवाज उत्थे जाके रिफलैक्ट हुंदी है। हर बार अजकल ग्लोबली भी देख लिया जी, रंग दे तौर से या जाति पाति दे तौर से कोई गोरा कोई काला है, किदा इसी हिसाब नाल पॉलिटिशियंस वोटां मंगण जांदे आ, ते
ਜਿਹੜੀ ਆਮ ਲੋਕੀ ਆ ਜੀ ਸਾਡੇ ਵਰਗੇ ਉਹ ਵੀ ਉਹਨਾਂ ਨੂੰ ਹੰਗਾਰਾ ਦਿੰਦੇ ਆ ਜੀ। ਕੋਈ ਵੀ ਇਨਫਰਾਸਟ੍ਰਕਚਰ ਦੀ ਗੱਲ ਨਹੀਂ ਕਰਦਾ ਜੀ, ਕੋਈ ਵੀ ਐਜੂਕੇਸ਼ਨ ਦੀ ਗੱਲ ਨਹੀਂ ਕਰਦਾ, ਜੋਬਸ, ਇੰਡਸਟਰੀ, ਲਾਅ ਐਂਡ ਆਰਡਰ ਜਿਹੜੀਆਂ ਮੇਨ ਗੱਲਾਂ ਹੈ ਜੀ ਪੋਲਿਸੀ ਮੇਕਰਸ ਉਹਨਾਂ ਦੀ ਗੱਲ ਕਰਦੇ ਹੀ ਨਹੀਂ ਗੇ ਜੀ। ਸੋ ਐਜ਼ ਏ ਆਮ ਨਾਗਰਿਕ ਸਾਨੂੰ ਕਿਸ ਹਿਸਾਬ ਨਾਲ ਜਾਗਰੂਕ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਇਹਨਾਂ ਪੁਆਇੰਟਸ ਦੇ ਉੱਤੇ ਕੁਐਸਚਨ ਕਰੀਏ ਕਿ ਭਾਈ ਪੜ੍ਹਾਈ ਦਾ ਮਿਆਰ ਕਿੱਥੇ ਆ, ਜੋਬਸ ਕਿੱਥੇ ਨੇ, ਜਿਹਦੇ ਨਾਲ ਰੋਜ਼ਮਰਾ ਦੀ ਸਾਡੀ ਜ਼ਿੰਦਗੀ ਤਰਜ਼ੇ ਰਹਿਸ਼ ਚੰਗੀ ਹੋ ਸਕਦੀ ਹੈ ਜੀ। ਸ਼ੁਕਰੀਆ ਜੀ, ਧੰਨਵਾਦ ਰਟਵਾਰ ਸਾਹਿਬ, ਧੰਨਵਾਦ। ਜੀ ਗੁਰਦਾਰਾ ਸਾਹਿਬ, ਠੀਕ ਗੁਰਲਾਲ ਜੀ, ਮੈਂ ਉਹੀ ਗੱਲ ਕਰ ਰਿਹਾ ਸੀ। ਇਹ ਜਦੋਂ ਅਸੀਂ ਗੱਲ ਕਰਦੇ ਹਾਂ ਸਕੂਲ, ਡਿਸਪੈਂਸਰੀ, ਇੰਡਸਟਰੀ, ਰੋਜ਼ਗਾਰ, ਇਹ ਮਹੱਤਵਪੂਰਨ ਨੇ, ਬਹੁਤ ਮਹੱਤਵਪੂਰਨ ਹਿੱਸੇ ਨੇ, ਪਰੰਤੂ ਇੱਕ ਦੂਜੇ ਪਾਸੇ ਅਸੀਂ ਜਾਣਦੇ ਹਾਂ ਸੱਚਾਈ ਇਸ ਦੁਨੀਆ ਦੀ ਹੈ, ਸੱਚਾਈ ਇੰਡੀਆ ਦੀ ਹੈ ਕਿ ਕਿਸੇ ਜਾਤੀ ਕਰਕੇ, ਕਿਸੇ ਧਰਮ ਕਰਕੇ, ਕਿਸੇ ਪਰਟੀਕੁਲਰ ਖੇਤਰ 'ਚ ਰਹਿਣ ਵਾਲੇ ਜਾਂ ਕਿਸੇ ਲਿੰਗ ਦੇ ਵਿੱਚ ਕਿਸੇ ਪਰਟੀਕੁਲਰ ਸੈਕਸ ਦੇ ਲੋਕਾਂ ਨੂੰ, ਉਹਨਾਂ ਨੂੰ ਡਿਪਰਾਈਵ ਕੀਤਾ ਜਾਂਦਾ ਹੈ, ਉਹਨਾਂ ਨੂੰ ਜੀਵਨ ਦੇ ਬਰਾਬਰ ਸੁਵਿਧਾਵਾਂ ਹੀ ਨਹੀਂ, ਉਹਨਾਂ ਦੇ ਐਗਜ਼ਿਸਟੈਂਸ ਨੂੰ ਹੀ ਸਵੀਕਾਰ ਨਹੀਂ ਕੀਤਾ ਜਾਂਦਾ। ਪੰਜਾਬ ਦੇ ਵਿੱਚ ਇੱਕ ਸਮੂਹ ਹੈਗਾ ਆਦਿ ਧਰਮ ਸਮਾਜ, ਉਹਨਾਂ ਦੇ ਬੈਨਰ ਜਦੋਂ ਸੈਮੀਨਾਰ ਹੁੰਦੇ ਨੇ, ਬੈਨਰ ਤੇ ਲਿਖਿਆ ਹੁੰਦਾ ਹੈ ਬਰਾਬਰ ਸਨਮਾਨਜਨਕ ਅਸਤਿਤਵ ਕੀ ਸਵੀਕ੍ਰਿਤੀ ਹੇਤੂ, ਕਿ ਸਾਨੂੰ ਰਿਸਪੈਕਟਫੁਲ ਸਾਡੀ ਐਗਜ਼ਿਸਟੈਂਸ ਨੂੰ ਤੁਸੀਂ ਐਕਸੈਪਟ ਕਰੋ, ਐਕਸੈਪਟ ਕਰੋ। ਜੀ 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 ਜੀ, ਹੈਨਾ। ਜਦੋਂ ਉਸ ਵਰਗ ਇਹ ਮਹਿਸੂਸ ਕਰਦਾ ਹੈ ਕਿ ਮੈਨੂੰ ਬਰਾਬਰੀ ਦਾ ਅਹਿਸਾਸ ਹੀ ਨਹੀਂ ਕੀਤਾ ਜਾਂਦਾ, ਮੇਰੀ ਐਗਜ਼ਿਸਟੈਂਸ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ ਬਰਾਬਰ, ਫਿਰ ਉਹਦੇ ਵਾਸਤੇ ਅਚਾਨਕ ਜਿਹੜਾ ਵਾਜਿਬ ਹੋਏਗਾ ਕਿ ਉਹਨੂੰ ਲੱਗਦਾ ਮੇਰੀ ਐਜੂਕੇਸ਼ਨ, ਮੇਰੀ ਹੈਲਥ, ਮੇਰੀ ਇੰਡਸਟਰੀ ਦੀ ਗੱਲ ਹੋਏਗੀ, ਪਹਿਲਾਂ ਮੈਂ ਹੈਗਾ ਇਹਨੂੰ ਤਾਂ ਐਕਸੈਪਟ ਕਰ ਲਓ ਨਾ। ਇਸ ਕਰਕੇ ਕਦੇ ਵੀ ਇਹ ਕਿਹਾ ਨਹੀਂ ਜਾ ਸਕਦਾ ਕਿ ਜੇ ਸਕੂਲ ਕਾਲਜ ਦੀ ਗੱਲ ਕੋਈ ਕਰਦਾ ਤੇ ਉਹ ਐਵੇਂ ਇਨਫਰਾਸਟ੍ਰਕਚਰ ਦੀ ਗੱਲ ਕਰੀ ਜਾਂਦਾ, ਉਹ ਵੀ ਵਾਜਿਬ ਹੈ। ਜਿਹੜਾ ਸੋਸ਼ਲ ਜਸਟਿਸ ਦੇ ਪਰਸਪੈਕਟਿਵ ਨਾਲ, ਦੇ ਮਾਧਿਅਮ ਨਾਲ ਜਾਂ ਵਿਚਾਰ ਨਾਲ ਆਈਡੈਂਟੀਟੀ ਦੀ ਗੱਲ ਕਰਦਾ, ਉਸ ਪਹਿਚਾਣ ਦੀ ਗੱਲ ਕਰਦਾ, ਉਹ ਇਹ ਨਹੀਂ ਕਹਿ ਰਿਹਾ ਕਿ ਸਿਰਫ ਉਹ ਪਹਿਚਾਣ ਹੋਵੇ, ਉਹ ਅਸਲ ਦੇ ਵਿੱਚ ਸਾਡੇ ਲੀਡਰ ਜਿਹੜੇ ਨੇ ਜਾਂ ਸਾਡਾ ਡਿਸਕੋਰਸ ਪੂਰਾ ਜਿਹੜਾ ਹੈ ਉਹ ਸੀਮਿਤ ਉੱਥੇ ਹੋ ਗਿਆ ਕਿ ਅਸੀਂ ਸਿਰਫ ਪਹਿਚਾਣ ਤੱਕ ਸੀਮਿਤ ਰਹਿ ਜਾਂਦੇ ਹਾਂ। ਅਸਲ ਦੇ ਵਿੱਚ ਇਸ ਤਰ੍ਹਾਂ ਦੀ ਪਹਿਚਾਣ ਦੀ ਰਾਜਨੀਤੀ ਸੋਸ਼ਲ ਜਸਟਿਸ ਤੱਕ ਜਾਣੀ ਚਾਹੀਦੀ ਹੈ, ਤੇ ਬੇਸਿਕ ਮੰਜ਼ਿਲ ਹੋਈ ਹੈ। ਜਦੋਂ ਅੰਬੇਡਕਰ ਦੇ ਗਾਂਧੀ ਦੀ ਗੱਲ ਕਰ ਰਹੇ ਸੀ, ਸੁੰਦਰ ਗੱਲ ਇਹ ਸੀ ਕਿ ਉਹਦੇ 'ਚ ਡਿਫਰੈਂਟ ਓਪੀਨੀਅਨ ਹੋਣ ਤੋਂ ਬਾਅਦ ਵੀ ਅੰਬੇਡਕਰ ਜਦੋਂ ਗੱਲ ਕਰ ਰਹੇ ਸੀ ਸੋਸ਼ਲ ਜਸਟਿਸ ਦੇ ਆਈਡੀਆ ਨਾਲ ਗੱਲ ਕਰ ਰਹੇ ਸੀ। ਅੰਬੇਡਕਰ, ਡਾਕਟਰ ਅੰਬੇਡਕਰ ਜਦੋਂ ਬਹਿਸ ਕਰ ਰਹੇ ਸੀ, ਉਹਨਾਂ ਦਾ ਆਈਡੀਆ ਸਿਰਫ ਨਹੀਂ ਸੀ ਕਿ ਦਲਿਤਾਂ ਨੂੰ ਇਹ ਹੋਏਗਾ ਤਾਂ ਮੈਨੂੰ ਵੋਟ ਮਿਲ ਜਾਣਗੇ, ਉਹ ਦਲਿਤਾਂ ਨੂੰ ਸੋਸ਼ਲ ਜਸਟਿਸ ਦੀ ਲੜਾਈ ਦੇ ਵਿੱਚ ਅੱਗੇ ਜਾਣਾ ਚਾਹੀਦਾ, ਸੋਸ਼ਲ ਜਸਟਿਸ ਦੀ ਲੋੜ ਹੈ। ਇਸ ਕਰਕੇ ਸਾਡੇ ਲੀਡਰ ਜੇ ਉਸ ਨੂੰ ਪ੍ਰਮੁੱਖ ਰੱਖਣਗੇ ਬਹੁਤ ਮਹੱਤਵਪੂਰਨ ਹੋਏਗੀ। ਗੁਰਲਾਲ ਜੀ, ਇਸ ਨੂੰ ਮੈਂ ਇੱਕ ਉਦਾਹਰਣ ਨਾਲ ਸਮਝਾਉਣਾ ਚਾਹੁੰਦਾ ਜੀ। ਤੁਸੀਂ ਇੱਕ ਜ਼ਿਕਰ ਕੀਤਾ, ਆਮ ਆਦਮੀ ਪਾਰਟੀ ਨੇ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਤਾ ਜੀ, ਪੋਸਟਰ ਲੱਗਿਆ ਉੱਥੇ, ਇੱਕ ਪਾਸੇ ਸੱਚਾ ਸੱਚਾ ਫੌਜੀ, ਦੂਜੇ ਪਾਸੇ ਇੱਕ ਨੇਤਾ, ਦੋ ਬੰਦਿਆਂ ਦੀ ਫੋਟੋ ਬਣਾ ਦਿੱਤੀ, ਇੱਕ ਜਿਹੜਾ ਮੁੱਖ ਮੰਤਰੀ ਹੋਣਾ ਹੈ, ਦੂਜੇ ਪਾਸੇ ਸੱਚਾ ਫੌਜੀ। ਉਹਨਾਂ ਨੇ ਕਿਹਾ ਬਾਪ ਹੁਣ ਤੁਸੀਂ ਚੁਣੋ ਕਿਹੜਾ ਚੁਣਨਾ। ਮੈਂ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਵੀ ਕਰਨਗੇ ਕਿ ਕਿਸੇ ਦੇਸ਼ ਦੇ ਵਾਸਤੇ ਬਹੁਤ ਵੱਡੀ ਲੜਾਈ ਦੇ ਵਿੱਚ ਸ਼ਾਮਿਲ ਹੋਣ ਵਾਲੇ ਕਿਸੇ ਫੌਜੀ ਨੂੰ ਜਿਹੜਾ ਉਹਨਾਂ ਦਾ MLA ਹੋਏ ਉਹਨੂੰ ਮੁੱਖ ਮੰਤਰੀ ਬਣਾ ਦੇਣਗੇ ਜੀ, ਇਹੀ ਕ੍ਰਾਈਟੇਰੀਆ ਤਾਂ। ਦੈਟ ਇਜ਼ ਦਾ ਕੁਐਸਚਨ। ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਕਿਤੇ ਵੀ ਦਲਿਤ ਨੂੰ ਮੁੱਖ ਮੰਤਰੀ ਦੀ ਗੱਲ ਕਰਦਾ, ਫਿਰ ਤੁਹਾਨੂੰ ਇਹ ਨਹੀਂ ਕਰ ਸਕਦੇ ਤੁਸੀਂ ਕਿ ਮੈਂ ਅੱਛਾ ਦੂਜੇ ਪਾਸੇ ਦੀ ਕਰਦਾ ਜਿੱਥੇ ਸਾਡੀ ਸਰਕਾਰ ਆਏਗੀ ਜਾਂ ਨਹੀਂ ਆਏਗੀ, ਜਿੱਥੇ ਹੈਗੀ ਉੱਥੇ ਮੈਂ ਦਲਿਤ ਨੂੰ ਮੰਤਰੀ ਵੀ ਨਹੀਂ ਬਣਾਉਂਦਾ। ਸੋ ਦੈਟ ਇਜ਼ ਦਾ ਕੁਐਸਚਨ। ਇਹ ਕੰਟਰਡਿਕਸ਼ਨ ਨੂੰ, ਸਾਡੇ ਕਹੇ ਨੂੰ, ਸਾਡੇ ਕਿੱਤੇ ਨੂੰ ਪਹਿਚਾਣ ਦੀ ਲੋੜ ਹੈ। ਜਿੱਦਣ ਅਸੀਂ ਇਹ ਪਹਿਚਾਣ ਲੱਗ ਪਏ, ਫਿਰ ਲੀਡਰਾਂ ਦੀ ਗੱਲ ਜਿਹੜੀ ਵੀ ਉਹ ਕਹਿ ਰਹੇ ਹੋਣਗੇ ਉਹਦੀ ਸਮੀਕਸ਼ਾ ਕਰਨਗੇ, ਉਹਦੇ ਹਿਸਾਬ ਨਾਲ ਉਹਨੂੰ ਕੰਸਿਡਰ ਕਰਾਂਗੇ, ਤੇ ਫਿਰ ਜਿਹੜਾ ਵੋਟ ਹੈ ਉਹ ਕਿਸੇ ਰੰਗ ਭੇਦ ਦੇ ਆਧਾਰ ਤੇ ਨਹੀਂ, ਉਹ ਸੋਸ਼ਲ ਜਸਟਿਸ ਦੇ ਆਈਡੀਏ ਤੋਂ ਚੱਲ ਰਿਹਾ ਹੋਏਗਾ, ਕੰਟਰੋਲ ਹੋ ਰਿਹਾ ਹੋਏਗਾ। ਰਾਈਟ ਰਾਈਟ, ਐਂਡ ਦੈਟ ਇਜ਼ ਦਾ ਨੀਡ ਆਫ ਦੈਟ। ਠੀਕ ਹੈ ਗੁਰਦਾਰਾ ਸਾਹਿਬ, ਬਹੁਤ ਸੋਹਣਾ ਐਲੈਬਰੇਟ ਕੀਤਾ ਤੁਸੀਂ, ਪਰ ਕੁਸ਼ਚਨ ਇੱਕ ਦੋ ਹੋਰ ਖੜੇ ਹੁੰਦੇ ਆ, ਪਰ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਬ੍ਰੇਕ ਲਈ, ਆਪਾਂ ਜੁੜਦੇ ਹਾਂ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਮਾਨਯੋਗ ਰਜੀਵ ਗੁਰਦਾਰਾ ਜੀ, ਜਿਹੜੇ ਬਹੁਤ ਸੋਹਣਾ ਐਲੈਬਰੇਟ ਕਰ ਰਹੇ, ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਮੈਂ ਤੁਹਾਡਾ ਗੁਰਲਾਲ ਹਾਜ਼ਰ, ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਰਜੀਵ ਗੁਰਦਾਰਾ ਜੀ। ਗੁਰਦਾਰਾ ਸਾਹਿਬ, ਇੱਕ ਮੈਂ ਕੋਟ ਕਰੂੰਗਾ, ਅਫਗਾਨਿਸਤਾਨ ਦੀ ਜਿਹੜੀ ਹੁਣ ਸਿਚੁਏਸ਼ਨ ਆ, ਇਹ ਉੱਥੇ ਮੈਂ ਲੀਡਰ ਜੋ ਕਰਦੇ ਆ ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਪਤਾ ਆ, ਮੈਂ ਗੱਲ ਕਰਦਾ ਕਿ ਆਪਣੇ ਵਰਗੇ ਬੰਦਿਆਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ, ਮਜਬੂਰੀ ਬਸ ਪੈ ਕੇ ਆਪਾਂ ਕੋਈ ਡਿਸੀਜਨ ਲੈ ਲੈਂਦੇ ਕਿ ਆਹ ਕਰ ਲਓ ਉਹ ਕਰ ਲਓ, ਪਰ ਉੱਥੇ ਆਪਾਂ ਪ੍ਰੈਕਟੀਕੈਲਿਟੀ ਤੋਂ ਬਹੁਤ ਦੂਰ ਹੋ ਜਾਂਦੇ ਹਾਂ। ਅਫਗਾਨਿਸਤਾਨ ਦੀ ਉੱਥੇ ਦੇਖਿਆ ਕਿ ਅਸੀਂ ਬਚਾ ਰਹੇ ਹਾਂ, ਅਸੀਂ ਕਿਸੇ ਤਾਕਤਵਰ ਬੰਦੇ ਨੂੰ ਆਪਦੇ ਅਧਿਕਾਰ ਸੌਂਪ ਦਿੱਤੇ, ਉਸ ਤੋਂ ਬਾਅਦ ਉਹ ਬੰਦਾ 10 ਸਾਲ ਰਹੇ ਤੁਹਾਨੂੰ ਯੂਜ਼ ਕਰੇ, 15 ਸਾਲ ਯੂਜ਼ ਕਰੇ, ਉਸ ਤੋਂ ਬਾਅਦ ਉਹ ਤੁਹਾਨੂੰ ਤੁਹਾਡੇ ਹਾਲ 'ਤੇ ਛੱਡ ਕੇ ਦੂਰ ਹੋ ਜਾਂਦਾ ਹੈ।
ਤੁਸੀਂ ਵਿਚਾਰੇ ਦੇ ਵਿਚਾਰੇ ਉੱਥੇ ਰਹਿ ਗਏ, ਫਿਰ ਆਪਾਂ ਲੱਭਦੇ ਕੋਈ ਹੋਰ ਤਾਕਤਵਰ ਆ ਕੇ ਸਾਨੂੰ ਹੱਥ ਫੜਾਵੇ। ਉਹੀ ਹਾਲ ਮੈਂ ਉਹਨੂੰ ਕੋਟ ਕਰਕੇ ਆ ਰਿਹਾ ਕਿ ਆਪਣਾ ਆ ਕਿ ਆਪਾਂ ਆਪਣੇ ਹਿਸਾਬ ਨਾਲ ਨੇਤਾ ਚੁਣਨ ਦੀ ਬਜਾਏ ਆਪਾਂ ਸੋਚ ਲੈਂਦੇ ਹਾਂ ਕਿ ਆਪਾਂ ਧਾਰਮਿਕ ਰੰਗਾਂ ਵੱਲ ਜਾ ਰਹੇ ਹਾਂ, ਆਪਣੀ ਜਾਤਵਾਦ ਵੱਲ ਜਾ ਰਹੇ ਹਾਂ, ਅਤੇ ਉਹਦੇ ਉੱਤੇ ਉੱਤਰ ਕੇ ਆਪਣਾ ਇੱਕ ਜਿਹੜਾ ਕੀ ਕਹਿੰਦੇ ਹੁੰਦੇ ਆ ਉਹਦੇ ਵਿੱਚ ਉਹ ਪ੍ਰੋਬਲਮ ਵੀ ਖੜੀ ਕਰਦਾ ਜੇ ਆਪਾਂ ਉਹ ਜੇ ਅਖੰਡ ਭਾਰਤ ਜਿਹੜਾ ਬਣਾਉਣਾ ਉਹਦੇ ਵਿੱਚ ਉਹ ਚੀਜ਼ਾਂ ਵਾਧਾ ਵੀ ਬਣਦੀਆਂ। ਜੋ ਹਾਲ ਅਫਗਾਨਿਸਤਾਨ ਦਾ ਆ ਤੁਸੀਂ ਦੇਖ ਲਿਆ ਹੋਣਾ, ਉਹ ਕਿਉਂਕਿ ਉਹਨਾਂ ਨੇ ਸਟੈਂਡ ਨਹੀਂ ਕੀਤਾ ਆਪਣੇ ਆਪ ਨੂੰ, ਹੋ ਸਕਦਾ ਮਜਬੂਰੀਆਂ ਰਹੀਆਂ ਹੋਣਗੀਆਂ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਕਿ ਕਿਤੇ ਨਾ ਕਿਤੇ ਤਾਂ ਆਮ ਲੋਕਾਂ ਦਾ ਕੋਈ ਕਸੂਰ ਹੁੰਦਾ ਹੈ ਕਿ ਨਹੀਂ? ਕਸੂਰ ਨਾ ਕਸੂਰ ਦਾ ਸਵਾਲ ਨਹੀਂ ਆ ਗੁਰਰਾਜ ਜੀ, ਤੇ ਜਦੋਂ ਅਸੀਂ ਕਹਿੰਦੇ ਆਮ ਲੋਕਾਂ ਦਾ ਕਸੂਰ ਹੁੰਦਾ ਹੈ, ਸ਼ਾਇਦ ਅਸੀਂ ਥੋੜਾ ਅਪੇਕਸ਼ਾ ਠੀਕ ਨਹੀਂ ਕਰਦੇ। ਕਿਸ਼ਨ ਪਟਨਾਇਕ ਜੀ ਉਹ ਓਡੀਸ਼ਾ ਦੇ ਸੰਬਲਪੁਰ ਤੋਂ 32 ਸਾਲ ਦੀ ਉਮਰ ਚ ਸਾਂਸਦ ਬਣ ਗਏ ਸੀ, ਲੋਹੀਆ ਦੇ ਸਾਥੀ ਸੀ। ਉਹਨਾਂ ਦੀ ਕਿਤਾਬ ਹੈ ਕਿਸਾਨ ਦਸ਼ਾ ਔਰ ਦਿਸ਼ਾ, ਉਹਦੇ ਚ ਲਿਖਦੇ ਨੇ, ਉਹ ਸਵਾਲਾਂ ਦੇ ਜਵਾਬ ਦਿੰਦੇ ਨੇ ਕਿ ਜਿਹੜੇ ਬੰਦੇ ਕਿਸਾਨ ਜਾਂ ਇਸ ਤਰ੍ਹਾਂ ਦੇ ਅੰਦੋਲਨਾਂ ਨਾਲ ਸਵਾਲ ਕਰਦੇ ਨੇ ਬਹਿ ਕੇ, ਪ੍ਰੋਫੈਸਰਸ, ਵਕੀਲ, ਜਰਨਲਿਸਟ, ਤੇ ਕਹਿੰਦੇ ਨੇ ਵੀ ਤੁਸੀਂ ਜੇ ਇੱਕ ਗੱਲ ਇੱਕ ਵਿਸ਼ੇ ਦੀ ਗੱਲ ਤਾਂ ਕਰਦੇ, ਤੁਸੀਂ ਓਵਰਆਲ ਦੇਸ਼ ਦੇ ਬਹੁਤ ਸਾਰੇ ਵਿਸ਼ਿਆਂ ਦੀ ਗੱਲ ਕਿਉਂ ਨਹੀਂ ਕਰ ਰਹੇ? ਉਹਦਾ ਜਵਾਬ ਦਿਓ, ਉਹਦਾ ਜਵਾਬ ਦਿਓ, ਉਹਦਾ ਜਵਾਬ ਦਿਓ। ਤੇ ਉਹ ਕਹਿੰਦੇ ਨੇ ਤੁਸੀਂ ਗਲਤ ਕਰ ਰਹੇ ਹੋ, ਜਿਹੜਾ ਪਰਟੀਕੁਲਰ ਸਮਾਜ ਦਾ ਬੰਦਾ ਉਸ ਸਮਾਜ ਦੇ ਉਸ ਵਰਗ ਦੇ ਹਿੱਤਾਂ ਦੀ ਲੜਾਈ ਲੜ ਰਿਹਾ, ਉਹ ਉਹਦੇ ਵਾਸਤੇ ਉਹ ਹਿੱਤਾਂ ਦਾ ਮਾਮਲਾ ਬੜਾ ਜ਼ਰੂਰੀ ਹੈ, ਉਹਦੀ ਗੱਲ ਕਰ ਰਿਹਾ। ਤੁਸੀਂ ਪੂਰੇ ਦੇਸ਼ ਦੀ ਇਕੋਨਮੀ, ਪੋਲੀਟਿਕਸ, ਸੋਸ਼ੀਓਲੋਜੀ ਨੂੰ ਐਡਰੈਸ ਕਰਨ ਵਾਸਤੇ ਦਬਾਅ ਨਹੀਂ ਬਣਾ ਸਕਦੇ, ਇਹ ਕੰਮ ਇੰਟੈਲੈਕਚੁਅਲਿਜ਼ਮ ਨੇ ਕਰਨਾ। ਇਸ ਕਰਕੇ ਆਮ ਬੰਦਾ ਜਿਹੜਾ ਹੈ ਉਹ ਉਸ ਤੋਂ ਪ੍ਰਭਾਵਿਤ ਹੋਏਗਾ, ਜਿਹੜਾ ਵਿਮਰਸ਼ ਤੁਸੀਂ ਤੇ ਮੈਂ ਬਹਿ ਕੇ ਇਸ ਟੀਵੀ ਤੇ ਸਥਾਪਿਤ ਕਰ ਦਿਆਂਗੇ। ਇਸ ਕਰਕੇ ਆਮ ਬੰਦੇ ਨੂੰ ਦੋਸ਼ ਨਾ ਦੇਈਏ, ਦੋਸ਼ ਦੇਈਏ ਅਸੀਂ ਉਹਨਾਂ ਬੰਦਿਆਂ ਨੂੰ ਸਾਡੇ ਵਰਗੇ ਜਿਹੜੇ ਬੋਲਦੇ ਨੇ, ਜਿਹੜੇ ਬੋਲ ਸਕਦੇ ਨੇ, ਜਿਹਨਾਂ ਨੂੰ ਕੁਛ ਪੜ੍ਹਨ ਲਿਖਣ ਦਾ ਮੌਕਾ ਮਿਲਿਆ। ਇੰਡੀਆ ਦੇ ਵਿੱਚ ਬਹੁਤ ਵੱਡੀ ਸੰਖਿਆ ਹੈ ਜਿਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਵੀ ਨਹੀਂਗਾ, ਜਿਨ੍ਹਾਂ ਨੂੰ ਟੀਵੀ ਮੋਬਾਈਲ ਦੇਖਣ ਦਾ ਵੀ ਮੌਕਾ ਨਹੀਂਗਾ। ਤਾਲਿਬਾਨ ਦਾ ਹੁਣ ਕਬਜ਼ਾ ਹੁੰਦਾ ਜਾ ਰਿਹਾ ਹੈ, ਤਾਲਿਬਾਨ ਦੀ ਇਸ ਰਾਜਨੀਤੀ ਦਾ ਭਾਰਤ ਦੇ ਉੱਤੇ, ਵਪਾਰ ਦੇ ਉੱਤੇ ਕੀ ਅਸਰ ਪਵੇਗਾ, ਕੀ ਕਹਿਣਾ ਚਾਹੁੰਦੇ? ਹਲੇ ਤਾਂ ਜੀ ਮੈਂ ਇਸ ਬਾਰੇ ਮੈਂ ਕੋਈ ਇੰਟਰਨੈਸ਼ਨਲ ਰਿਲੇਸ਼ਨ ਦਾ ਗਿਆਤਾ ਨਹੀਂ ਗਾ, ਤੇ ਹਲੇ ਤਾਂ ਇੰਡੀਅਨ ਗੌਰਮੈਂਟ ਹੀ ਆਪਦੀ ਲਾਈਨ ਪੋਜੀਸ਼ਨ ਕਲੀਅਰ ਨਹੀਂ ਕਰ ਪਾਈ ਹੈ। ਪਰ ਇੱਕ ਗੱਲ ਬਹੁਤ ਸਾਫ਼ ਹੈ, ਕਿਤੇ ਵੀ ਡਿਪਰਾਈਵਡ ਸੈਕਸ਼ਨ ਦੀ ਗੱਲ ਨਹੀਂ ਸੁਣੀ ਜਾਏਗੀ, ਲੋਕਾਂ ਨੂੰ ਲੋਕਤਾਂਤਰਿਕ ਅਧਿਕਾਰ ਨਹੀਂ ਮਿਲਣਗੇ, ਉੱਥੋਂ ਦੇ ਲੋਕ ਆਪਦਾ ਫੈਸਲਾ ਨਹੀਂ ਕਰਨਗੇ, ਕੋਈ ਤਾਕਤ ਵਾਇਲੈਂਸ ਰਾਹੀਂ ਤਾਂ ਆਪਦੀ ਜਿਹੜੀ ਆਮ ਜਿਹੜੀ ਉਹਦੀ ਤਾਕਤ ਹੈ ਉਹਦੇ ਰਾਹੀਂ ਕੰਟਰੋਲ ਕਰੇਗੀ, ਉਹ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਕਰੇ ਜਾਂ ਕਿਤੇ ਕੋਈ ਹੋਰ ਕਰੇ, ਇਹ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਬੰਦੂਕਾਂ ਦੇ ਸਹਾਰੇ ਕਰਨ ਜੀ। ਫਿਰ ਉਸ ਤੋਂ ਬਾਅਦ ਉਹ ਇੱਕ ਸਾਰੇ ਲੋਕਾਂ ਦਾ ਸਮੂਹਿਕ ਸਮਾਜ ਬਣਾਉਣ ਵਾਸਤੇ, ਲੋਕਤੰਤਰ ਰਚਣ ਵਾਸਤੇ ਕੰਮ ਕਰਨਗੇ, ਜਾਂ ਕਿ ਕਿਸੇ ਇੱਕ ਤਰ੍ਹਾਂ ਦਾ ਇੱਕ ਧਰਮ ਦੇ ਆਧਾਰ ਤੇ, ਇੱਕ ਪਹਿਚਾਣ ਦੇ ਆਧਾਰ ਤੇ ਉਹਦੇ ਨਿਯਮ ਸਾਰਿਆਂ ਦੇ ਲਾਗੂ ਕਰਨਗੇ। ਇਹ ਦੋ ਬੇਸਿਕ ਕੰਟਰਡਿਕਸ਼ਨ ਨੇ ਮੇਰੀ ਸਮਝ ਹੈ। ਜਿੱਥੇ ਲੋਕਾਂ ਦੇ ਆਪ ਫੈਸਲੇ ਕਰਨ ਦੇ ਅਧਿਕਾਰ ਨਹੀਂ ਹੋਣਗੇ, ਜਿੱਥੇ ਕੋਈ ਵੀ ਫੋਰਸ ਬੰਦੂਕਾਂ ਦੀ ਤਾਕਤ ਰਾਹੀਂ ਰਾਜ ਕਰੇਗੀ, ਜਿੱਥੇ ਕੋਈ ਫੋਰਸ ਸਿਰਫ ਇੱਕ ਮਤਲਬ 100% ਦੇ ਵਿੱਚ 80% ਹੋਵੇ, 90% ਹੋਵੇ, ਜੇ ਉਹ ਆਪਦੇ ਹੀ ਨਿਯਮ, ਆਪਦੇ ਹੀ ਧਰਮ ਦੇ, ਆਪਦੀ ਪਹਿਚਾਣ ਦੇ ਨਿਯਮ ਕਾਇਦੇ ਦੂਜੇ ਬਾਕੀ ਸਮਾਜ ਦੇ ਉੱਤੇ ਵੀ ਲਾਗੂ ਕਰਨ ਦੇ ਧੱਕਾ ਕਰਨਗੇ, ਇਹ ਕੋਇਸੇ ਮੈਥਡ ਜਿੱਥੇ ਯੂਜ ਹੋਣਗੇ ਉੱਥੇ ਨਾ ਵਪਾਰ ਕਾਮਯਾਬ ਹੋ ਸਕਦਾ, ਨਾ ਲੋਕਾਂ ਦਾ ਜੀਵਨ ਵਧੀਆ ਹੋ ਸਕਦਾ, ਨਾ ਹੀ ਸਮਾਜ ਸੁੰਦਰ ਹੋ ਸਕਦਾ। ਸਮਾਜ ਸੁੰਦਰ ਬਣਾਉਣ ਵਾਸਤੇ ਲੋਕਾਂ ਨੂੰ ਆਪਦੇ ਫੈਸਲੇ ਕਰਨ ਦੀ ਖਮਤਾ ਪੈਦਾ ਹੁੰਦੀ ਜਾਵੇ, ਉਹ ਖਮਤਾ ਪੈਦਾ ਕੀਤੀ ਜਾਵੇ। ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਲੋਕਤੰਤਰ ਦੇ ਵਿੱਚ ਬਹੁਤ ਬੰਦੇ ਨੇ ਜਿਹਦੇ ਅਸੀਂ ਲੋਕਤੰਤਰ ਕਹਿੰਦੇ ਹਾਂ, ਉਹ ਇੰਨਾ ਕਮਜ਼ੋਰ ਹੈ ਕਿ ਉੱਥੇ ਲੋਕਾਂ ਨੂੰ ਰੋਟੀ ਦੀ ਚਿੰਤਾ ਹੈ, ਭੁੱਖੇ ਮਰਨ ਦੀ ਚਿੰਤਾ ਹੈ, ਲੋਕਾਂ ਕੋਲ ਜਾਣਕਾਰੀਆਂ ਨਹੀਂ, ਲੋਕਾਂ ਦੇ ਮਨਾਂ 'ਚ ਡਰ ਇੰਨਾ ਹੈ। ਜਦੋਂ ਡਰ ਵਾਂਟ ਆਫ ਫੀਅਰ ਹੈਗਾ, ਜਿੱਥੇ ਲੋੜ ਇੰਨੀਆਂ ਹੈਗੀਆਂ ਤੇ ਪੂਰੀਆਂ ਨਹੀਂ ਹੋ ਰਹੀਆਂ, ਕਈ ਤਰ੍ਹਾਂ ਦੇ ਡਰ ਨੇ, ਉੱਥੇ ਲੋਕਤੰਤਰ ਕਾਮਯਾਬ ਨਹੀਂ ਹੋ ਸਕਦਾ, ਤੇ ਉਸ ਹਾਲਤ ਦੇ ਵਿੱਚ ਸਮਾਜ ਵਿਕਾਸ ਵੀ ਨਹੀਂ ਕਰ ਸਕਦਾ, ਜਿਹਨੂੰ ਅਸੀਂ ਡਿਵੈਲਪਮੈਂਟ ਵਿਦ ਡਿਗਨਿਟੀ ਕਹਿੰਦੇ ਹਾਂ। ਇਸ ਕਰਕੇ ਜਦੋਂ ਅਸੀਂ ਬਾਕੀ ਵੀ ਆਪਾਂ ਗੱਲ ਕਰ ਰਹੇ ਸੀ ਤੇ ਇਹ ਸਵਾਲ ਪੰਨੂ ਸਾਹਿਬ ਦਾ ਜਿਹੜਾ ਸੀਗਾ,
ਇਹ ਵਿਕਾਸ ਤੇ ਵਪਾਰ ਦੀ ਗੱਲ ਉਦੋਂ ਵਧੇਗੀ ਜਦੋਂ ਪੂਰੀ ਦੁਨੀਆ ਦੇ ਵਿੱਚ ਆਸੇ ਪਾਸੇ ਸਾਰੇ ਲੋਕ ਸਾਰੇ ਦੇਸ਼ ਇਸ ਵਿਚਾਰ ਨੂੰ ਲੈ ਕੇ ਅੱਗੇ ਤੁਰਨਗੇ, ਇਹ ਸਮੂਹਿਕਤਾ ਇਹ ਸਾਂਝ ਨੂੰ ਲੈ ਕੇ ਤੁਰਨਗੇ। ਅਦਰਵਾਈਜ਼ ਜੇ ਅਮਰੀਕਾ ਸੀ ਤਾਂ ਵੀ ਅਫਗਾਨਿਸਤਾਨ ਦਾ ਕੀ ਹਾਲ ਸੀ, ਤੇ ਅਫਗਾਨਿਸਤਾਨ ਦਾ ਜੇ ਡਿਵੈਲਪਮੈਂਟ ਥੋੜਾ ਕਰ ਵੀ ਦਿੰਦੀ ਅਮਰੀਕਾ ਤੇ ਉੱਥੋਂ ਦੇ ਰਿਸੋਰਸਿਸ ਸਾਰੇ ਲੁੱਟ ਲੈ ਜਾਂਦੀ, ਤੇ ਫਿਰ ਉਹ ਵੀ ਸਵਾਲ ਸੀਗਾ। ਇਸ ਕਰਕੇ ਤਾਲਿਬਾਨ ਆਏ, ਉਹ ਕਹਿੰਦੇ ਵੀ ਸਾਡੇ ਸਾਡੇ ਨਿਯਮ ਦੇ ਮੁਤਾਬਿਕ ਉਹ ਚੱਲੇਗਾ, ਸਾਡਾ ਮਤਲਬ ਸਾਡੇ ਧਰਮ ਦਾ ਜਿਹਨੂੰ ਅਸੀਂ ਮੰਨਦੇ ਹਾਂ, ਤੇ ਇਸ ਕਰਕੇ ਚੱਲੇਗਾ ਕਿ ਸਾਡੇ ਕੋਲ ਬੰਦੂਕਾਂ ਨੇ, ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ ਕਿ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਕਹੀਏ ਕਿ ਆਹ ਕਾਨੂੰਨ ਵਧੀਆ ਹੋਏਗਾ, ਆਹ ਤਰੀਕਾ ਵਧੀਆ ਹੋਏਗਾ, ਇਹ ਨਹੀਂ। ਸਾਡੇ ਕੋਲ ਬੰਦੂਕ ਹੈ, ਅਸੀਂ ਤੁਹਾਡੀ ਬੰਦੂਕ ਗਰਦਨ ਤੇ ਰੱਖ ਦੇਵਾਂਗੇ, ਹੁਣ ਤੁਹਾਨੂੰ ਮੰਨਣਾ ਪੈਣਾ। ਜਦੋਂ ਕਿਤੇ ਇਸ ਤਰ੍ਹਾਂ ਦਾ ਕਾਨੂੰਨ ਹੋਏਗਾ, ਇਸ ਤਰ੍ਹਾਂ ਦਾ ਰਾਜ ਹੋਏਗਾ, ਬਾਹਰੀ ਤਾਕਤ ਆ ਕੇ ਤੁਹਾਡੇ ਰਿਸੋਰਸ ਐਕਸਪਲੋਇਟ ਕਰ ਰਹੀ ਹੋਏਗੀ, ਜਾਂ ਤੁਹਾਡੇ ਵਿੱਚੋਂ ਹੀ ਬੰਦੂਕ ਕਾਹੀ ਸਾਰਿਆਂ ਦੇ ਰਾਜ ਕੋਈ ਕਰ ਰਿਹਾ ਹੋਏਗਾ ਤੇ ਆਪਦੇ ਮੁਤਾਬਿਕ ਚਲਾਏਗਾ, ਉੱਥੇ ਉੱਥੇ ਵਪਾਰ ਤੇ ਵਿਕਾਸ ਹੀ ਕਮਜ਼ੋਰ ਪਏਗਾ, ਅੱਗੇ ਨਹੀਂ ਵੱਧ ਸਕਦਾ। ਇਹ ਮੇਰੀ ਬੇਸਿਕ ਅੰਡਰਸਟੈਂਡਿੰਗ ਜੀ ਜੀ ਐਸੇ ਪ੍ਰੈਜ਼ੈਂਟ ਤੋਂ ਅਸੀਂ ਦੇਖ ਸਕਦੇ ਹਾਂ ਗੱਲਾਂ। ਜੀ ਪੰਨ ਸਾਹਿਬ, ਹੋਰ ਕੋਈ ਕੁਐਸਚਨ ਗੁਦਾਰਾ ਸਾਹਿਬ ਤੋਂ? ਜੀ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਹਰ ਇੱਕ ਪਾਰਟੀ ਆਪਣੇ ਲੀਡਰ ਚਮਕਾ ਰਹੀ ਹੈ, ਲੇਕਿਨ ਜਿਹੜੇ ਜਨਤਾ ਦੇ ਮੁੱਦੇ ਨੇ, ਮਹਿੰਗਾਈ ਹੈ, ਪੈਟਰੋਲ ਡੀਜ਼ਲ, ਸਰੋਂ ਦਾ ਤੇਲ, ਦਾਲਾਂ ਦੇ ਭਾਅ ਵੱਧ ਚੁੱਕੇ ਨੇ, ਕਿਸਾਨ ਮੁਸ਼ਕਿਲ ਦੇ ਵਿੱਚ ਨੇ, ਫਸਲ ਵਾਲੀ ਮੁਸ਼ਕਿਲ ਦੇ ਵਿੱਚ ਨੇ, ਕੀ ਕੋਈ ਪਾਰਟੀ ਆਮ ਜਨਤਾ ਦੇ ਮੁੱਦੇ ਆ ਜਿਹੜੇ ਉਹਨਾਂ 'ਤੇ ਆਏਗੀ ਜਾਂ ਆਪਣੀ ਲੀਡਰਸ਼ਿਪ ਕੀ ਚਮਕਾਉਂਦੇ ਰਹਿਣਗੇ? ਪੰਨੂ ਸਾਹਿਬ, ਮੈਂ ਫਿਰ ਉਹੀ ਗੱਲ ਕਹਿ ਰਿਹਾ, ਮਤਲਬ ਮੈਨੂੰ ਲੱਗਦਾ ਹੈ ਕਿ ਥੋੜ੍ਹੇ ਦਿਨ ਬਾਅਦ ਮੇਰੀ ਗੱਲ ਲੱਗੇਗੀ ਕਿ ਮੈਂ ਆਪਦੀ ਗੱਲ 'ਤੇ ਮਤਲਬ ਬਿਲਕੁਲ ਉੱਥੇ ਖੜਾ ਅਤੇ ਉਹ ਵਾਰ ਵਾਰ ਰਿਪੀਟ ਕਰ ਰਿਹਾ, ਬਟ ਮੈਂ ਆਈ ਐਮ ਵੈਰੀ ਕਨਵਿੰਸਡ, ਆਈ ਐਮ ਸਟਰੋਂਗਲੀ ਕਨਵਿੰਸਡ ਕਿ ਸਾਡਾ ਪੂਰਾ ਡਿਸਕੋਰਸ ਜਿਹੜਾ, ਸਾਡਾ ਜਿਹੜਾ ਵਿਮਰਸ਼ ਹੈ, ਗੱਲਬਾਤ ਦਾ ਜਿਹੜਾ ਸਾਡਾ ਦਾਇਰਾ ਹੈ, ਉਹਨੂੰ ਐਕਸਪੈਂਡ ਕਰਨਾ ਪਏਗਾ। ਜਦੋਂ ਅਸੀਂ ਕਹਿੰਦੇ ਹਾਂ ਇਹ ਗੱਲ ਠੀਕ ਹੈ ਕਿ ਲੀਡਰ ਚਮਕਾਏ ਜਾ ਰਹੇ ਨੇ, ਪਰ ਇਹ ਆਪਾਂ ਕਿਉਂ ਭੁੱਲਦੇ ਹਾਂ ਕਿ ਸਾਡੇ ਹੀ ਸਮਾਜ ਦੇ ਵਿੱਚ, ਮੈਂ ਜੇ ਤੁਹਾਨੂੰ ਅੱਗੇ ਗੱਲ ਕੀਤੀ ਬਹੁਤ ਰੀਅਲ ਮਤਲਬ ਧਰਾਤਲ ਦੀ ਸੱਚਾਈ ਦੱਸ ਰਿਹਾ ਸਰ ਮੈਨੂੰ, ਕਿ ਜਦੋਂ ਮੈਂ ਗੱਲ ਕੀਤੀ ਤੁਹਾਡੇ ਨਾਲ ਕਿ ਲੋਕਾਂ ਦੇ ਮਨਾਂ 'ਚ ਡਰ ਹੈ ਜੀ, ਲੋਕਾਂ ਨੂੰ ਜ਼ਰੂਰਤਾਂ ਇੰਨੀਆਂ ਜ਼ਿਆਦਾ ਨਹੀਂ ਪੂਰੀਆਂ ਨਹੀਂ ਹੋ ਰਹੀਆਂ, ਹੁਣ ਮੇਰੇ ਪਿੰਡ ਦੇ ਵਿੱਚ ਕੋਈ ਬੰਦਾ ਹੈਗਾ ਉਹ ਛੋਟਾ ਮੋਟਾ ਕੋਈ ਕੰਮ ਕਰਦਾ, ਉਹਨੂੰ ਕੋਈ ਸ਼ਿਕਾਇਤ ਕਰ ਦਿੰਦਾ, ਪਿੰਡ ਦਾ ਕੋਈ ਚੌਧਰੀ, ਪਿੰਡ ਦਾ ਕੋਈ ਵੱਡਾ ਤਾਕਤਵਰ ਬੰਦਾ ਉਹਨੂੰ ਕੁੱਟ ਦਿੰਦਾ, ਪੁਲਿਸ ਉਹਨੂੰ ਫੜ ਕੇ ਲੈ ਜਾਂਦੀ ਹੈ, ਉਹ ਛੋਟਾ ਕਰਮਚਾਰੀ ਹੈ, ਉਹ ਕਿਤੇ ਜਾਂਦਾ ਉਹਨੂੰ ਕੋਈ ਹੋਸਪਿਟਲ ਦੀ ਸਥਾਨ ਨਹੀਂ ਮਿਲਦੀ, ਜੇ ਜੀ ਵੀ ਹੋਸਪਿਟਲ ਦੀ ਵਿਵਸਥਾ ਹੈ, ਉਹਨੂੰ ਪਟਵਾਰੀ ਕਾਗਜ਼ ਨਹੀਂ ਦਿੰਦਾ, ਉਹਦੀ ਲੋੜ ਕੀ ਪੈ ਜਾਂਦੀ ਹੈ, ਉਹਦਾ ਪੜੋਸੀ ਨਾਲ ਰੌਲਾ ਹੋ ਜਾਂਦਾ, ਉਹਦੀ ਲੋੜ ਹੈ ਕਿ ਉਸ ਪਿੰਡ ਦੇ ਵਿੱਚ ਕੋਈ ਚੌਧਰੀ ਹੈਗਾ ਉਹਨੂੰ ਨਾਲ ਲਵੇ, ਜਾ ਕੇ ਪਟਵਾਰੀ ਨਾਲ ਗੱਲ ਕਰ ਲਵੇ, ਉਹਦਾ ਫੋਨ ਕਰਾ ਦੇਵੇ, ਥਾਣੇ 'ਚ ਉਹਨੂੰ ਲੈ ਜੇ ਤੇ ਉਹਨੂੰ ਛਿੱਤਰ ਨਹੀਂ ਪੈਣ, ਹੈ ਨਾ। ਹੁਣ ਜਦੋਂ ਉਹਦੀ ਇਮੀਡੀਏਟ ਲੋੜ ਹੈ ਉਹ ਫਿਰ ਕੀ ਕਰੇ, ਹੁਣ ਉਹ ਚੌਧਰੀ ਦੱਸੂਗਾ ਨਾ ਜਿਹਨੇ ਉਹਦੀ ਮਦਦ ਕੀਤੀ ਹੈ। ਜੇ ਅਸੀਂ ਜਦੋਂ ਤੱਕ ਅਸੀਂ ਇਸ ਵਿਵਸਥਾ ਤੋਂ ਬਾਹਰ ਨਹੀਂ ਆਉਂਦੇ, ਜਦੋਂ ਤੱਕ ਸਾਡੇ ਕੋਲ ਨਿਊਨਤਮ ਤਰ੍ਹਾਂ ਦਾ ਇੱਕ ਕੌਨਫੀਡੈਂਸ ਨਹੀਂ ਕਿ ਮੈਂ ਜੀ ਰਿਹਾ, ਮੇਰੀ ਗੱਲ ਸੁਣੀ ਜਾਏਗੀ, ਮੇਰੀ ਜਾਣਕਾਰੀ ਵੀ ਉਨੀ ਜ਼ਿਆਦਾ ਨਹੀਂ ਗੀ, ਜਦੋਂ ਤੱਕ ਸਮਾਜ ਨੂੰ ਅਸੀਂ ਉੱਥੋਂ ਤੱਕ ਨਹੀਂ ਪਹੁੰਚਾਉਂਦੇ ਉਦੋਂ ਤੱਕ ਬਾਕੀ ਗੱਲਾਂ ਨਹੀਂ ਹੋਣੀਆਂ। ਉਹ ਕਦੋਂ ਹੋਣਗੀਆਂ? ਉਹ ਜਦੋਂ ਹੋਣਗੀਆਂ ਜਦੋਂ ਅਸੀਂ ਪ੍ਰਾਇਮਰਲੀ ਲੋਕਾਂ ਨੂੰ ਬਰਾਬਰ ਮਾਰਨਾ ਸ਼ੁਰੂ ਕਰਾਂਗੇ। ਮੈਨੂੰ ਵੀ ਓਨਾ ਹੀ ਰਾਈਟ ਹੋਏਗਾ ਆਪਦੀ ਗੱਲ ਕਹਿਣ ਦਾ, ਗੁਰਲਾਲ ਜੀ ਨੂੰ ਵੀ ਓਨਾ ਹੀ ਹੋਏਗਾ ਤੇ ਪੰਨੂ ਸਾਹਿਬ ਨੂੰ ਵੀ ਓਨਾ ਹੋਏਗਾ, ਤੇ ਸਾਡੇ ਪਿੰਡਾਂ ਦੇ ਵਿੱਚ ਬੈਠੇ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਸੱਤ ਦੇ ਵਿੱਚ ਖੜੇ ਹੋ ਕੇ ਖੁੱਲੀ ਗੱਲ ਕਹਿਣ ਦਾ ਹੱਕ ਹੋਏਗਾ। ਉਹ ਕਹਿ ਸਕੇਗਾ ਸਾਡੀ ਇਹ ਗੱਲ, ਤੁਸੀਂ ਸਾਡੇ ਨਾਲ ਆਏ ਕਿਉਂ ਕਰਦੇ ਹੋ, ਅਸੀਂ ਕੀ ਕਰਦੇ ਹਾਂ, ਹਲੇ ਤਾਂ ਸਾਡਾ ਸਮਾਜ ਹਲੇ ਵੀ ਉੱਥੇ ਖੜਾ ਹੈ, ਅੱਗੇ ਵਧੇ ਹਾਂ ਅਸੀਂ, ਐਕਚੁਅਲੀ ਮੈਂ ਸ਼ੁਰੂ ਹੀ ਉੱਥੋਂ ਕੀਤਾ ਸੀ। ਹਾਂਜੀ ਜੀ 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 ਜਿੱਥੇ ਅਸੀਂ ਸਮਾਜ ਦੇ ਵੱਡੇ ਹਿੱਸੇ ਨੂੰ ਬਰਾਬਰ ਨਹੀਂ ਮੰਨਦੇ, ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਸਥਿਤੀ ਕੀ ਹੈ, ਕਿੰਨੇ ਫੈਸਲਿਆਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਔਰਤਾਂ ਸ਼ਾਮਿਲ ਨੇ, ਜੇ ਤੁਸੀਂ ਉਹਨਾਂ ਨੂੰ ਸ਼ਾਮਿਲ ਹੀ ਨਹੀਂ ਕਰਨਾ, ਸਾਡੇ ਮੁਹਾਵਰੇ ਦੇ ਵਿੱਚ ਹਲੇ ਵੀ ਹੁੰਦਾ ਉਹ ਨਹੀਂ ਨਹੀਂ ਘਰ ਤੋਂ ਬਾਹਰ ਦਾ ਕੰਮ ਔਰਤਾਂ ਦਾ ਨਹੀਂ ਹੁੰਦਾ, ਜੇ ਅਸੀਂ ਮੁਹਾਵਰੇ ਰਹਿਣੇ ਨੇ ਸਾਡੇ, ਤੇ ਫਿਰ ਅਸੀਂ ਗੱਲ ਕਰੀਏ ਕਿ ਸਾਡੇ ਲੀਡਰ ਬਦਲ ਜਾਣਗੇ। ਲੀਡਰ ਕੋਈ ਵੀ ਲੋਕ, ਜਿੱਥੇ ਵੋਟਾਂ ਦੀ ਰਾਜਨੀਤੀ ਹੁੰਦੀ ਹੈ, ਜਿੱਥੇ ਲੋਕਾਂ ਨੇ ਵੋਟ ਪਾਉਣੇ ਨੇ, ਉੱਥੇ ਲੀਡਰ ਦੋਵੇਂ ਤਰੀਕੇ ਨਾਲ ਓਪਰੇਟ ਕਰ ਸਕਦੇ ਨੇ ਗੁਰਲਾਲ ਜੀ। ਇੱਕ ਉਹ ਆਪਦੀ ਪੈਸੇ ਦੀ, ਆਪਦੀ ਤਾਕਤ, ਲੋਕਾਂ ਨੂੰ ਕੁੱਟ ਮਾਰ ਕੇ ਉਹਨਾਂ ਦੇ ਵੋਟ ਆਪ ਹੀ ਪਾ ਲੈਣ ਤੇ ਜਿੱਤ ਜਾਣ। ਜੀ 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 ਦੂਜਾ ਤਰੀਕਾ ਇਹ ਹੋਏਗਾ, ਜੇ ਇਹ ਤਰੀਕਾ ਨਹੀਂ ਹੈਗਾ ਜਿਹੜਾ ਅੱਜ ਕੱਲ੍ਹ ਬਹੁਤ ਘਟਿਆ ਹੈ, ਬਹੁਤ ਘਟਿਆ। ਦੂਜਾ ਤਰੀਕਾ ਹੈ ਲੋਕਾਂ ਦੀ ਮਜਬੂਰੀਆਂ ਜਿਹੜੀ ਬਹੁਤ ਜ਼ਿਆਦਾ, ਜਿਹੜੀ ਉਹਨਾਂ ਦੀ ਦਰਦ ਵਾਲੀ ਥਾਂ ਹੈ, ਉਹਦੇ ਹੱਥ ਰੱਖ ਕੇ ਉੱਥੋਂ ਉਹਨੂੰ ਦਬਾ ਦੇਣ, ਤੇ ਲੋਕਾਂ ਦੀ ਉਸ ਮਜਬੂਰੀ ਨੂੰ ਇਸਤੇਮਾਲ ਕਰਕੇ, ਲੋਕਾਂ ਦੀ ਕਮਜ਼ੋਰੀਆਂ ਨੂੰ ਇਸਤੇਮਾਲ ਕਰਕੇ ਉਹ ਗੱਲ ਕਰਕੇ ਲੋਕਾਂ ਨੂੰ ਪਿੱਛੇ ਲਾ ਲੈਣ, ਤੇ ਜਿਸ ਲੋਕਾਂ ਦੇ ਕੰਸਰਨ ਹੋਣੇ ਤੇ ਲੋਕ ਮਜਬੂਰ ਨਹੀਂ ਜਾਣ ਵਾਸਤੇ। ਜੀ ਗੁਰਦਾਰਾ ਸਾਹਿਬ, ਯਾਦ ਹੋ ਗਿਆ ਮੈਂ ਸ਼ੁਰੂ ਇੱਥੋਂ ਹੀ ਕੀਤਾ ਸੀਗਾ ਕਿ ਉਹ ਮਜਬੂਰੀ ਫੜ ਲੈਂਦੇ, ਕਮਜ਼ੋਰੀ ਫੜ ਲੈਂਦੇ। ਐਨੀਵੇ, ਆਪਾਂ ਇਹਨੂੰ ਇਸੇ ਡਿਸਕਸ਼ਨ ਨੂੰ ਅੱਗੇ ਵਧਾਵਾਂਗੇ। ਛੋਟੀ ਜਿਹੀ ਬ੍ਰੇਕ ਲਈ ਦਰਸ਼ਕੋ ਸਾਡੇ ਬਣੇ ਨੇ ਮਾਨਯੋਗ ਰਾਜੀਵ ਗੁਰਦਾਰਾ ਜੀ, ਆਪਾਂ ਰੁਕਦੇ ਹਾਂ ਇੱਕ
ਛੋਟੀ ਜੀ ਬ੍ਰੇਕ ਲਈ ਲਾਸਟ ਬ੍ਰੇਕ ਲਈ ਤੇ ਇੱਦੇ ਬਣੇ ਰਹੋ ਜਸ ਪੰਜਾਬੀ ਤੋਂ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਬਣੇ ਹੋਏ ਮਾਨਯੋਗ ਰਜੀਵ ਗੁਦਾਰਾ ਜੀ। ਗੁਦਾਰਾ ਸਾਹਿਬ ਜਿਹੜੀ ਤੁਸੀਂ ਹੁਣੀ ਗੱਲ ਕੀਤੀ ਨਾ ਕਿ ਬਾਹਰ ਦਾ ਕੰਮ ਜਿਹੜੇ ਮੈਨੂੰ ਨਹੀਂ ਪਤਾ ਤੁਸੀਂ ਚੰਡੀਗੜ੍ਹ ਬੈਠੇ ਉੱਥੇ ਕੀ ਹਾਲਾਤ ਹੈ, ਪਰ ਪਿੱਛੋਂ ਜਿੱਥੋਂ ਆਪਾਂ ਬਿਲੋਂਗ ਕਰਦੇ ਹਾਂ ਜਿਹੜੇ ਏਰੀਏ ਨੇ ਤੁਸੀਂ ਅਤੇ ਮੈਂ, ਉੱਥੇ ਨਾ ਸਰਕਾਰਾਂ ਨੇ ਰਿਜ਼ਰਵ ਕੀਤੀਆਂ ਸੀਗੀਆਂ ਕਿ ਲੇਡੀਜ਼ ਸਰਪੰਚ ਬਣਨਗੀਆਂ ਇੱਕ ਵਾਰੀ ਅਤੇ ਇੱਕ ਦੂਜੀ ਵਾਰੀ ਕੋਈ ਮੇਲ। ਚਲੋ ਜਦੋਂ ਬਣ ਜਾਂਦੀ ਸਰਪੰਚ, ਉਸ ਤੋਂ ਬਾਅਦ ਜੇ ਕੋਈ ਮੀਟਿੰਗ ਲੈਣੀ ਤਾਂ ਉਹਦਾ ਹਸਬੈਂਡ ਲੈਂਦਾ, ਜੇ ਸ਼ਾਦੀ ਨਹੀਂ ਹੋਈ ਤਾਂ ਉਹਦਾ ਭਰਾ ਲੈਂਦਾ, ਉਹ ਆਪਣੇ ਆਪ ਨੂੰ ਸਰਪੰਚ ਕਹਾਉਂਦਾ। ਹਾਲੇ ਤਾਈਂ ਮੈਂਟੈਲਿਟੀ ਚੇਂਜ ਨਹੀਂ ਹੋਈ ਕਿ ਜਿਹੜੀ ਲੇਡੀ ਜਿੱਤ ਕੇ ਸਰਪੰਚ ਬਣ ਗਈ ਇੱਕ ਜਾਂ ਦੋ ਪਿੰਡਾਂ ਦੀ ਪੰਚਾਇਤ ਨੂੰ, ਤਿੰਨ ਪਿੰਡਾਂ ਦੀ ਪੰਚਾਇਤ ਨੂੰ ਲੀਡ ਕਰ ਰਹੀ ਹੈ, ਉਹਨੂੰ ਇੰਨਾ ਹੱਕ ਦਿੱਤਾ ਜਾਣਾ ਚਾਹੀਦਾ ਕਿ ਉਹ ਮੀਟਿੰਗ ਆਪ ਕੰਡਕਟ ਕਰੇ। ਪਰ ਐਨੀਵੇ ਤੁਸੀਂ ਬੜਾ ਐਲੈਬਰੇਟ ਕਰਤਾ ਪਹਿਲਾਂ ਆਪਣੇ ਨਾਲ। ਡਾਕਟਰ ਬਾਜਵਾ ਜੁੜ ਗਏ ਤਾਂ ਉਸ ਤੋਂ ਬਾਅਦ ਆਪਾਂ ਅਗਲੇ ਮੁੱਦੇ 'ਤੇ ਆਉਂਦੇ ਜੀ। ਡਾਕਟਰ ਬਾਜਵਾ ਤੁਸੀਂ ਔਨ ਏਅਰ ਹੋ ਜੀ, ਗੁਦਾਰਾ ਸਾਹਿਬ ਆਪਣੇ ਨਾਲ ਬਣੇ ਹੋਏ ਹੈ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਗੁਰਲਾਲ ਜੀ, ਔਰ ਸਤਿ ਸ਼੍ਰੀ ਅਕਾਲ ਗੁਦਾਰਾ ਜੀ ਨੂੰ ਵੀ। ਬਹੁਤ ਅੱਛਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੈ ਜੀ। ਜੀ ਜੀ, ਧੰਨਵਾਦ। ਮੇਰੇ ਥੋੜ੍ਹੇ ਜਿਹੇ ਇੱਕ ਸਵਾਲ ਹੈ ਜੀ ਕਿ ਦੇਖੋ ਅੱਜ ਦੇ ਟਾਈਮ 'ਚ ਅਸੀਂ ਹਰ ਇੱਕ ਚੀਜ਼ ਦੀ ਪ੍ਰੋਡਿਕਸ਼ਨ ਕਰ ਸਕਦੇ ਹਾਂ। ਮੇਰਾ ਪ੍ਰੋਡਿਕਸ਼ਨ ਤੋਂ ਇਹ ਭਾਵ ਹੈ ਕਿ ਇੰਡੀਆ ਦੀ ਪਾਪੂਲੇਸ਼ਨ ਦਾ ਅਸੀਂ ਹਿਸਾਬ ਲਾ ਲਈਦਾ ਵੀ ਅੱਜ ਤੋਂ 20 ਸਾਲਾਂ ਨੂੰ ਕਿੰਨੀ ਹੋਏਗੀ, ਐਵੇਂ ਅਸੀਂ ਇਹਨਾਂ ਨੂੰ ਕਿੰਨਾ ਫੂਡ ਹੈ ਉਹਦੀ ਕੀ ਲੋੜ ਹੈ ਅਸੀਂ ਉਹ ਵੀ ਕੈਲਕੂਲੇਟ ਕਰ ਲੈਂਦੇ ਹਾਂ। ਐਵੇਂ ਅਸੀਂ ਜਾਬਾਂ ਅਤੇ ਦੂਜੀਆਂ ਚੀਜ਼ਾਂ ਕਰਦੇ। ਮੈਂ ਇੱਥੇ ਆ ਰਿਹਾ ਜਿਹੜਾ ਅੱਜ ਤੁਹਾਡਾ ਇਸ਼ੂ ਚੱਲ ਰਿਹਾ, ਕਿਉਂਕਿ ਇਹ ਜਿਹੜੀ ਸਾਡਾ ਬਰਾਦਰੀ ਭਾਈਚਾਰਾ ਜੋ ਇਹ ਧਾਰਮਿਕ ਜਾਤੀ ਪਾਤੀ 'ਤੇ ਉੱਥੋਂ ਅਸੀਂ ਉੱਠ ਹੀ ਨਹੀਂ ਸਕੇ, ਉਹ ਉੱਥੇ ਦਾ ਉੱਥੇ ਹੀ ਕੰਮ ਤੁਰਿਆ ਫਿਰਦਾ ਜਿਵੇਂ ਗੁਜ਼ਾਰਾ ਜੀ ਦੱਸ ਰਿਹਾ। ਸੋ ਮੈਂ ਇਹ ਕਹਿੰਦਾ ਕਿ ਐਜੂਕੇਸ਼ਨ ਵੀ ਆ ਗਈ ਹੈ, ਚਲੋ ਬਹੁਤ ਜ਼ਿਆਦਾ ਨਹੀਂ ਆਈ, ਕਿਆ ਅਸੀਂ ਕੋਈ ਇਹੋ ਜਿਹੀ ਪ੍ਰੋਡਿਕਸ਼ਨ ਕਰ ਸਕਦੇ ਹਾਂ? ਕਿਉਂਕਿ ਜਿਹੜੇ ਸਾਡੇ ਵੋਟਿੰਗ ਪੈਟਰਨ ਹੈ, ਜਿਵੇਂ ਅਸੀਂ 18 ਸਾਲ ਤੋਂ 34 ਸਾਲ, 34 ਤੋਂ 49, 49 ਤੋਂ 64, 64 ਐਂਡ ਅਬਵ, ਵੀ ਕੋਈ ਅਸੀਂ ਇਹੋ ਜਿਹੀ ਪ੍ਰੋਡਿਕਸ਼ਨ ਕਰ ਸਕਦੇ ਹਾਂ ਕਿ ਸਾਡੀ ਇਹੋ ਜਿਹੀਆਂ ਕੋਈ ਡੈਮੋਗ੍ਰਾਫਿਕਸ ਉਹ ਕਿੱਦਣ ਹੋਣਗੀਆਂ ਜਿੱਦਣ ਅਸੀਂ ਜਾਤ ਪਾਤ ਛੱਡ ਦਿਆਂਗੇ, ਅਸੀਂ ਹਰ ਇੱਕ ਨੂੰ ਬਰਾਬਰ ਗਿਣਾਂਗੇ, ਅਸੀਂ ਕਿਸੇ ਨੂੰ ਦਲਿਤ ਜਾਂ ਪਛੜਿਆ ਵਰਗ ਨਹੀਂ ਕਰਾਂਗੇ, ਔਰ ਸਾਡੀ ਅਸੀਂ ਆਪਣੀ ਜਿਹੜੀ ਔਰਤ ਹੈ ਉਹਨੂੰ ਬਰਾਬਰ ਦਰਜਾ ਦੇਵਾਂਗੇ, ਸਾਡੀ ਜਿਹੜੀ ਇੰਪਲੋਇਮੈਂਟ ਹੈ ਬਹੁਤ, ਕੋਈ ਇਹੋ ਜਿਹੀਆਂ ਡੈਮੋਗ੍ਰਾਫਿਕਸ ਹੈ ਅਗਰ ਗੁਦਾਰਾ ਸਾਹਿਬ ਮੈਨੂੰ ਦੱਸ ਸਕਣ ਵੀ ਇਹ ਕਿੰਨੇ ਕੁ ਸਾਲ ਸਾਨੂੰ ਹੋਰ ਉਡੀਕ ਕਰਨੀ ਪਏਗੀ। ਥੈਂਕ ਯੂ ਜੀ, ਧੰਨਵਾਦ। ਧੰਨਵਾਦ ਬਾਜਵਾ ਸਾਹਿਬ ਜੀ। ਗੁਦਾਰਾ ਸਾਹਿਬ ਸਰ, ਇਹ ਜਿਹੜਾ ਤੁਸੀਂ ਸਮੇਂ ਦੱਸਿਆ, ਇਹ ਸਮੇਂ ਬਹੁਤ ਘੱਟ ਵੀ ਹੋ ਸਕਦਾ ਤੇ ਬਹੁਤ ਲੰਬਾ ਵੀ ਹੋ ਸਕਦਾ, ਇਹਦੇ ਬਾਰੇ ਬਹੁਤ ਤੈਅ ਨਹੀਂ ਕੀਤਾ ਜਾ ਸਕਦਾ। ਇਹ ਇਸ ਗੱਲ ਤੇ ਡਿਪੈਂਡ ਕਰੇਗਾ ਕਿ ਜਿਵੇਂ ਤੁਸੀਂ ਗੱਲ ਕੀਤੀ ਬਾਜਵਾ ਸਾਹਿਬ, ਸਾਡਾ ਸਮਾਜ ਇਸ ਤਰ੍ਹਾਂ ਦੀ ਗੱਲ ਕਿੰਨੀ ਤੇਜ਼ੀ ਨਾਲ ਕਰਨੀ ਸ਼ੁਰੂ ਕਰੇਗਾ। ਰਾਈਟ, ਜੇ ਅਸੀਂ ਇਹ ਸਵਾਲ ਬਹੁਤ ਤੇਜ਼ੀ ਨਾਲ ਕਰਨੇ ਸ਼ੁਰੂ ਕਰਾਂਗੇ, ਅਸੀਂ ਆਪਦੇ ਛੋਟੇ ਮੋਟੇ ਹਿੱਤਾਂ ਨੂੰ ਛੱਡ ਕੇ ਇਹ ਸਵਾਲ ਕਰਨੇ ਸ਼ੁਰੂ ਕਰਾਂਗੇ ਕਿ ਪਿੰਡ ਦੇ ਵਿੱਚ ਜੇ ਸਰਕਾਰ ਉਹਨੂੰ ਜਾਂ ਸਮਾਜ ਜਾਂ ਸੋਸ਼ਲ ਸਾਇੰਸਿਸ ਦੇ ਵਿੱਚ ਦਲਿਤ ਕਿਹਾ ਜਾਂਦਾ ਹੈ ਜਾਂ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਕੇ ਸੋਸ਼ਲ ਜਸਟਿਸ ਦੀ ਗੱਲ ਹੁੰਦੀ ਹੈ, ਉਹਦੇ 'ਤੇ ਅਸੀਂ ਸਵਾਲ ਕਰਾਂਗੇ। ਅਤੇ ਜੇ ਸਵਾਲ ਅਸੀਂ ਨਹੀਂ ਕਰਾਂਗੇ ਪਿੰਡ ਦੇ ਵਿੱਚ, ਜਦੋਂ ਕੋਈ ਬੰਦਾ ਉਹਨਾਂ ਨੂੰ ਕਹਿੰਦਾ ਯਾਰ ਤੂੰ ਘਰ ਦੇ ਬਾਹਰ ਲਿਬੇੜੇ 'ਚ ਬੈਠ ਥੋੜਾ, ਹੈ ਨਾ, ਬਰਾਬਰ ਨਹੀਂ ਬਹਿ ਸਕਦਾ, ਯਾਰ ਤੇ ਤੁਸੀਂ ਹੁੰਨੇ ਕੀ ਹੋ, ਤੁਹਾਡੇ ਕੋਲ ਤਾਂ ਜ਼ਮੀਨ ਹੈ ਨਹੀਂ, ਤੁਸੀਂ ਸਾਡੇ ਮੁਕਾਬਲੇ ਕੀ? ਜਦੋਂ ਤੱਕ ਇਸ ਤਰ੍ਹਾਂ ਵੁਮੈਨ ਨਾਲ ਜਾਂ ਮਾਰਜਨਲਾਈਜ਼ ਸੈਕਸ਼ਨ ਨਾਲ, ਜਾਤੀ ਧਰਮ ਖੇਤਰ ਲਿੰਗ ਕਿਸੇ ਵੀ ਆਧਾਰ 'ਤੇ ਲੋਕਾਂ ਨੂੰ, ਜਿਹੜਾ ਬੰਦਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਕਹਿੰਦਾ, ਜਿਹੜਾ ਬੰਦਾ ਕਿਸੇ ਨੂੰ ਖਾਰਿਜ ਕਰਕੇ ਪਾਸੇ ਕਰਦਾ ਉਹਦੀ ਜਾਤੀ ਕਰਕੇ, ਧਰਮ ਕਰਕੇ, ਉਹਦੇ ਏਰੀਏ ਕਰਕੇ, ਉਹਦੇ ਲਿੰਗ ਕਰਕੇ, ਅਸੀਂ ਸਿੱਧਾ ਕੀ ਉਹਨੂੰ ਸਵਾਲ ਕਰਾਂਗੇ? ਜਿੱਦਣ ਅਸੀਂ ਸਾਰਿਆਂ ਨੇ ਬਿਲਕੁਲ ਇਹ ਮੁੱਦਾ ਬਣਾ ਲਿਆ ਕਿ ਮੇਰੇ ਸਾਹਮਣੇ ਜੇ ਇਹ ਗੱਲ ਹੋ ਗਈ ਤਾਂ ਮੈਂ ਬਿਲਕੁਲ ਉੱਥੇ ਸਵਾਲ ਕਰੂੰਗਾ, ਮੈਨੂੰ ਇਹ ਜੇ ਬੰਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਮੈਂ, ਜਿਹੜਾ ਬੰਦਾ ਇਹ ਭੇਦਭਾਵ ਕਰਦਾ, ਇਹਦੀ ਸਪੀਡ ਬਹੁਤ ਵੱਧ ਜਾਣੀ ਹੈ ਤੇ ਛੇਤੀ ਖਤਮ ਹੋਣਾ। ਜੇ ਅਸੀਂ ਇਹ ਕੀਤਾ ਕਿ ਨਹੀਂ ਵੀ ਚਲੋ ਉਹਦਾ ਘਰ ਦੀ ਗੱਲ ਹੈ, ਉਹਦਾ ਵਿਚਾਰ ਹੈ, ਉਹਨੇ ਕਹਿਤਾ, ਚਲੋ ਸਮਾਜ ਦੇ ਵਿੱਚ ਐਂ ਹੁੰਦਾ ਹੀ ਹੈ, ਮੈਂ ਇਸ ਗੱਲ ਪਿੱਛੇ ਉਹਦੇ ਨਾਲ ਕਿਉਂ ਵਿਗਾੜਾਂ? ਫਿਰ ਇਹ ਜਿਹੜਾ ਮਕਸਦ ਹੈ ਸਾਡਾ, ਜਿਹੜਾ ਟੀਚਾ ਹੈ, ਜਿਹੜਾ ਅਸੀਂ ਸੋਚਦੇ ਹਾਂ ਬਹੁਤ ਜ਼ਰੂਰੀ ਵੀ ਹੈ ਬਰਾਬਰੀ ਦਾ, ਇਹ ਬਹੁਤ ਦੂਰ ਚਲੇ ਜਾਣਾ। ਅਸੀਂ ਇਹ ਧਿਆਨ ਰੱਖੀਏ ਕਿ ਬਹੁਤ ਮਹੱਤਵਪੂਰਨ ਗੱਲ ਹੈ ਕਿ ਤੁਸੀਂ ਗਲੀ 'ਚ, ਬੱਸ ਅੱਡੇ 'ਤੇ, ਕਿਤੇ ਸਾਰਵਜਨਿਕ ਥਾਂ 'ਤੇ ਕੂੜਾ ਨਾ ਸੁੱਟੋ। ਜੇ ਕੋਈ ਸੁੱਟ ਬਹਿ ਤੇ ਉਹਨੂੰ ਰੋਕਣਾ ਵੀ ਮਹੱਤਵਪੂਰਨ ਹੈ, ਜਿਵੇਂ ਮਹੱਤਵਪੂਰਨ ਗੱਲ ਹੈ ਨਾ। ਤੇ ਸਾਡੇ ਧੀਰੇ ਧੀਰੇ ਇਹ ਤਾਂ ਅਸੀਂ ਸਮਝ ਲਿਆ ਤੇ ਬਹੁਤ ਸਾਰੇ ਲੋਕ ਸਵਾਲ ਕਰ ਦਿੰਦੇ ਨੇ, ਕੋਈ ਬੰਦਾ ਸਾਰਵਜਨਿਕ ਥਾਂ 'ਤੇ ਕਿਤੇ ਕੁਛ ਸੁੱਟਦਾ ਹੈ ਤੇ ਕਹਿ ਦਿੰਦੇ ਨੇ ਇੱਥੇ ਕਿਉਂ ਸੁੱਟ ਰਹੇ ਹੋ, ਇਹ ਕੋਈ ਚੰਗੀ ਗੱਲ ਹੈ? ਪੈਸੇ ਐਨਾ ਕਰੋ, ਭੈਣ ਜੀ ਐਨਾ ਕਰੋ। ਜੀ ਜੀ, ਪਰ ਜਦੋਂ ਕੋਈ ਕਿਸੇ ਵੁਮੈਨ ਨਾਲ, ਔਰਤ ਨਾਲ ਵਿਤਕਰਾ ਕਰਨ ਦੀ ਗੱਲ ਕਰਦਾ, ਕਿਸੇ ਦੀ ਜਾਤੀ ਨਾਲ ਵਿਤਕਰਾ ਕਰਨ ਦੀ ਗੱਲ ਕਰਦਾ, ਉਹਨੂੰ ਅਸੀਂ ਟੋਕ ਕੇ ਨਹੀਂ ਕਹਿੰਦੇ। ਤੇ ਸਾਨੂੰ ਇਹ ਵੀ ਅੱਗੇ ਸਿੱਖਣਾ ਪਏਗਾ, ਇਹ ਵੀ ਬੋਲਣਾ ਸ਼ੁਰੂ ਕਰਨਾ ਪਏਗਾ, ਇਹ ਰਿਸਕ ਲੈਣੇ ਪੈਣਗੇ।
ਜੇ ਮੇਰੇ ਪਿੰਡ ਦੇ ਵਿੱਚ ਮਹਿਲਾ ਸਰਪੰਚ ਹੈ ਤੇ ਉਹਦੀ ਥਾਂ ਤੇ ਸਰਪੰਚੀ ਕਰਦਾ ਹੈ, ਉਹਦਾ ਘਰ ਵਾਲਾ ਆ, ਭਰਾ ਆ, ਉਹਦਾ ਬਾਪੂ, ਤੇ ਕੀ ਮੈਂ ਪਿੰਡ ਦੇ ਵਿੱਚ ਬਾਕੀ ਸਾਰੀਆਂ ਲੜਾਈਆਂ ਤਾਂ ਲੜ ਲੈਣਾ, ਆਪਦੀ ਜ਼ਮੀਨ ਦੀ ਵੀ ਲੜ ਲੈਣਾ, ਪਾਣੀ ਦੀ ਵੀ ਲੜ ਲੈਣਾ, ਕੀ ਮੈਂ ਕਦੇ ਉੱਠ ਕੇ ਇਹ ਗੱਲ ਕਹਿਣਾ ਕਿ ਵੀ ਨਹੀਂ ਇਹ ਨਹੀਂ ਹੋ ਸਕਦਾ? ਗ੍ਰਾਮ ਸਭਾ ਦੇ ਜਾ ਕੇ ਮੈਂ ਕਹੂੰਗਾ ਕਿ ਸਰਪੰਚੀ ਤਾਂ ਉਹ ਨਹੀਂ ਕਰਨੀ, ਹੁਣ ਜੋ ਮਰਜ਼ੀ ਹੋ ਜਾਏ ਇਹ ਨਹੀਂ ਚੱਲ ਸਕਦਾ। ਅਸੀਂ ਇਹ ਨਹੀਂ ਕਰਦੇ, ਇੰਨੀ ਪਾਰਟੀ ਬਾਜ਼ੀਆਂ ਨੇ, ਇੱਕ ਪਾਰਟੀ ਵਾਲਾ ਦੂਜੇ ਨੂੰ ਇਸ ਗੱਲ ਤੇ ਸਵਾਲ ਨਹੀਂ ਕਰਦਾ। ਸਾਨੂੰ ਉਹ ਤਿੱਖੀਆਂ ਲੜਾਈਆਂ ਲੜਨੀਆਂ ਪੈਣੀਆਂ ਨੇ, ਫਿਰ ਇਹ ਸਪੀਡ ਛੇਤੀ ਹੋ ਜਾਏਗੀ, ਤੇਜ਼ ਹੋ ਜਾਏਗੀ ਤੇ ਜ਼ਰੂਰੀ ਵੀ ਹੈ। ਆਪਣੇ ਨਾਲ ਡਾਕਟਰ ਜੀ ਬਾਜਵਾ ਸਾਹਿਬ, ਸਵਾਗਤ ਜੀ ਤੁਹਾਡਾ। ਮੈਂ ਪੁੱਛਦਾ ਸੀ ਇਹਨਾਂ ਨੂੰ, ਮੇਰਾ ਸਵਾਲ ਦੂਜੇ ਪਾਸੇ ਚਲਾ ਗਿਆ, ਵੀ ਜਿਹੜੇ ਸਾਡੀਆਂ ਯੰਗਰ ਜਨਰੇਸ਼ਨ ਜਾਂ ਦੂਜੀਆਂ ਆ ਰਹੀਆਂ ਹੈ, ਉਹਨਾਂ 'ਚ ਕਿਆ ਕੋਈ ਚੇਂਜ ਹੈ? ਕਿਆ ਉਹਨਾਂ 'ਚ ਕੋਈ ਇੱਕ ਦੂਜੇ ਦੀ ਵਾਸਤੇ ਟੋਲਰੈਂਸ ਹੈ? ਮੇਰਾ ਇੱਧਰ ਨੂੰ ਸਵਾਲ ਸੀ, ਕਈ ਵਾਰੀ ਡੈਮੋਗ੍ਰਾਫਿਕ ਵਰਕਸ ਹੋ ਜਾਂਦੇ। ਧੰਨਵਾਦ ਧੰਨਵਾਦ ਬਾਜਵਾ ਸਾਹਿਬ ਜੀ। ਹਾਂ ਸਰ, ਇਹ ਐਕਚੁਅਲੀ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੋ, ਇਹਦੇ ਮਤਲਬ ਮੈਂ ਜੋ ਦੋ ਸੈਂਟੈਂਸ ਬੋਲਾਂ, ਹਾਂ ਪਰਿਵਰਤਨ ਹੈ, ਹਾਂ ਸਮਾਨਤਾ ਦਾ, ਇਕੁਅਲਿਟੀ ਦਾ, ਜਸਟਿਸ ਦਾ ਵਿਚਾਰ ਬਹੁਤ ਤੇਜ਼ੀ ਨਾਲ ਫੈਲ ਰਿਹਾ। ਇਹ ਵੀ ਸੱਚ ਹੋਏਗਾ ਜੇ ਮੈਂ ਕਹਾਂ ਕਿ ਹਲੇ ਵੀ ਬਹੁਤ ਵੱਡੇ ਸਮਾਜ ਦੇ ਵਿੱਚ ਨਹੀਂ ਗਾ, ਇੱਕ ਸੈਕਸ਼ਨ ਉਹਦੇ ਚੋਂ ਰਿਗਰੈਸਿਵ ਵੱਲ ਜਾ ਰਿਹਾ, ਉਹ ਵੀ ਸੱਚ ਹੋਏਗਾ। ਸਮਾਜ ਜਦੋਂ ਅਸੀਂ ਗੱਲ ਕਰਦੇ ਹਾਂ ਇੰਡੀਆ ਦੀ, ਇੰਡੀਆ ਦੀ ਸੁੰਦਰਤਾ ਕੀ ਹੈ ਜਾਂ ਦੁਨੀਆ ਦੇ ਕਿਸੇ ਵੀ ਥਾਂ ਤੇ ਸੁੰਦਰਤਾ ਕੀ ਹੈ? ਉੱਥੇ ਕਈ ਤਰ੍ਹਾਂ ਦੇ ਵਰਗ ਇੱਕੋ ਨਾਲ ਐਗਜਿਸਟ ਕਰਦੇ ਨੇ, ਹਰ ਵਰਗ ਦੇ ਵਿੱਚ ਅੱਡ ਅੱਡ ਤਰ੍ਹਾਂ ਦੀ ਗੱਲਾਂ ਨੇ, ਅਸੀਂ ਉਹਨੂੰ ਕਿੰਨਾ ਤੇਜ਼ ਕਰਨਾ, ਮੈਂ ਇਹੀ ਗੱਲ ਕਹਿ ਰਿਹਾ ਸੀ। ਇਹ ਬਹੁਤ ਸਿੰਪਲੀਫਿਕੇਸ਼ਨ ਹੋਏਗਾ, ਮੈਂ ਕਹਾਂ ਇੰਡੀਆ ਦੇ ਵਿੱਚ ਐਂ ਹੁੰਦਾ, ਚੰਡੀਗੜ੍ਹ ਦੇ ਵਿੱਚ ਐਂ ਹੁੰਦਾ, ਨਹੀਂ ਚੰਡੀਗੜ੍ਹ ਦੇ ਵਿੱਚ ਜਿੱਥੇ ਮੈਂ ਰਹਿ ਰਿਹਾ ਉੱਥੇ ਦੋ ਘਰਾਂ 'ਚ ਇੱਕ ਗੱਲ ਹੋ ਰਹੀ ਹੋਏਗੀ, ਅਗਲੇ ਦੋ ਘਰਾਂ 'ਚ ਅੱਡ ਗੱਲ ਹੋ ਰਹੀ ਹੋਏਗੀ। ਸਮਾਜ ਦੇ ਵਿੱਚ, ਸਮਾਜ ਦੇ ਮੁਹੱਲੇ ਤੋਂ ਲੈ ਕੇ ਸਮਾਜ ਦੇ ਘਰ ਦੇ ਵਿੱਚ ਅੱਡ ਅੱਡ ਤਰ੍ਹਾਂ ਦੀ ਸਥਿਤੀਆਂ ਬਣ ਰਹੀਆਂ ਨੇ, ਇਹ ਸਾਨੂੰ ਸਵੀਕਾਰ ਕਰਨਾ ਪਏਗਾ। ਮੈਂ ਬੱਚੇ ਦੇ ਸਕੂਲ ਦੀ ਗੱਲ ਕਰਦਾ, ਜੇ ਮੇਰੇ ਘਰੇ ਕੋਈ ਬੰਦਾ ਗੱਲ ਕਰਦੇ ਹੋਏ ਕਿਸੇ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦਾ, ਮੇਰਾ ਬੇਟਾ ਉਹਨੂੰ ਸਵਾਲ ਕਰ ਦਿੰਦਾ, ਉਹ ਪਿੰਡ ਜਾਂਦਾ ਹੈ, ਉਹਨੂੰ ਜਿੱਥੇ ਦੇਖਦਾ ਹੈ ਉਹ ਕਹਿੰਦੇ ਨੇ ਇੱਥੇ ਕੋਈ ਡਿਸਕ੍ਰਿਮੀਨੇਸ਼ਨ ਹੈ ਹੀ ਨਹੀਂ, ਔਰਤਾਂ ਨੂੰ ਬਰਾਬਰ ਅਧਿਕਾਰ ਨੇ, ਉਹ ਕਹਿੰਦੇ ਨੇ ਕੀ ਗੱਲ ਕਰੀ ਜਾਂਦੇ ਹੋ, ਆਹ ਤਾਂ ਸਰੇਆਮ ਦੀ ਸੀ ਜਾਂਦਾ, ਉਹ ਸਵਾਲ ਕਰ ਦਿੰਦੇ, ਤੁਸੀਂ ਐਂ ਕਿਵੇਂ ਕਰ ਸਕਦੇ ਹੋ? ਹੁਣ ਇਹ ਜਿਹੜੀ ਹੈ, ਹੁਣ ਇੱਕ ਪਾਸੇ ਇਹ ਬੱਚੇ ਵੀ ਨੇ, ਦੂਜੇ ਪਾਸੇ ਜਿਨ੍ਹਾਂ ਨੂੰ ਸਵਾਲ ਕਰਦਾ ਹੈ, ਜਿਨ੍ਹਾਂ ਬਾਰੇ ਗੱਲ ਕਰਦਾ, ਉਹ ਵੀ ਇੱਥੇ ਹੀ ਰਹਿ ਰਹੇ ਨੇ ਨਾ। ਇਸ ਕਰਕੇ ਅਸੀਂ ਜਦੋਂ ਇਹ ਲੱਭਣ ਲੱਗ ਪੈਂਦੇ ਹਾਂ ਨਾ ਕਿ ਵੀ ਇੱਕ ਸਟੇਟਮੈਂਟ ਦਿਓ, ਨਹੀਂ ਇੱਕ ਸਟੇਟਮੈਂਟ ਨਾਲ ਕੰਮ ਨਹੀਂ ਚੱਲਣਾ, ਤੁਹਾਨੂੰ ਪੈਰ ਪੈਰ ਤੇ ਹਰੇਕ ਗੁਰਦਾਰਾ ਸਾਹਿਬ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੈਂ ਕੋਈ ਸਵਾਲ ਜਿਹੜਾ ਸਿਰਸੇ ਦੇ ਵਿੱਚ ਉਹ ਥੋੜ੍ਹਾ ਭੁੱਖ ਹੜਤਾਲ ਰੱਖਣੀ ਪਈ ਰਿਹਾਈ ਵਾਸਤੇ ਉਹਦਾ ਸੀਗਾ, ਅਤੇ ਇੱਕ ਕੁਸ਼ਚਨ ਬੜਾ ਇੰਪੋਰਟੈਂਟ ਸੀਗਾ, ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਅਰਦਾਸ ਕਰਾਂਗੇ। ਮੈਂ ਇੱਕ ਛੋਟੀ ਜਿਹੀ ਗੱਲ ਕਹੂੰਗਾ ਗੁਰਦਾਰਾ ਸਾਹਿਬ, ਕਿ ਕਈ ਸਾਲ ਹੋ ਗਏ ਮੈਂ ਇੰਡੀਆ ਗਿਆ ਸੀ, ਅਤੇ ਕੋਈ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਆਹ ਜਾਤੀ ਦੇ, ਜਿਹੜੇ ਆਪਣੇ ਆਪ ਤੋਂ ਨਹੀਂ, ਮੈਂ ਤਾਂ ਨਾਮ ਵੀ ਨਹੀਂ ਲਊਂਗਾ, ਉਹਨਾਂ ਦੇ ਬਜ਼ੁਰਗ ਚੜ੍ਹਾਈ ਕਰ ਗਏ, ਅਤੇ ਮੈਂ ਸੰਸਕਾਰ 'ਤੇ ਗਿਆ ਉਹਨਾਂ ਦੇ, ਉਹੀ ਗ੍ਰੰਥੀ ਸਾਹਿਬ, ਉਹੀ ਗੁਰੂ ਘਰ 'ਚ ਅਰਦਾਸ ਹੋਈ ਜਿੱਥੇ ਬਾਕੀਆਂ ਦੀ ਹੁੰਦੀ ਆ, ਗ੍ਰੰਥੀ ਸਾਹਿਬ ਨੇ ਉਹਨਾਂ ਨੇ ਕੀਤਾ ਸੰਸਕਾਰ, ਹੋ ਗਿਆ ਵਾਪਸ ਘਰ ਆਏ, ਗੁਰੂ ਘਰ ਗਏ, ਉਸ ਤੋਂ ਬਾਅਦ ਉਹਨਾਂ ਦੇ ਘਰ ਕੋਈ ਵੀ ਨਹੀਂ ਗਿਆ, ਸਿਰਫ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਉਹ ਹੀ ਗਏ ਸੀ, ਆ ਇੱਕ ਦੋ ਜਣੇ ਮੇਰੇ ਵਰਗੇ ਸੀ, ਅਤੇ ਮੈਨੂੰ ਬਹੁਤ ਧੱਕਾ ਲੱਗਿਆ, ਅਤੇ ਮੈਂ ਪੁੱਛ ਲਿਆ ਉਹਨੂੰ, ਉਹ ਕਹਿੰਦਾ ਭਾਈ ਸਾਹਿਬ ਵੀ ਅਸੀਂ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਗਿਆ, ਸਾਡਾ ਬਜ਼ੁਰਗ ਹਰੇਕ ਜਗ੍ਹਾ ਖੜ੍ਹਾ ਰਿਹਾ, ਅਸੀਂ ਚਾਹ ਪਾਣੀ ਬਣਾਇਆ ਸੀਗਾ ਵੀ ਉਸ ਤੋਂ ਬਾਅਦ ਆ ਕੇ ਚਾਹ ਪਾਣੀ ਪੀਣਗੇ, ਪਰ ਤੁਹਾਡੇ ਕਹਿੰਦਾ ਜੱਟ ਅਤੇ ਜਾਟ ਸਾਰੇ ਇੱਥੋਂ ਚਲੇ ਗਏ ਕਿਉਂਕਿ ਅਸੀਂ ਫਲਾਨੇ ਹੁੰਦੇ ਹਾਂ। ਮੈਨੂੰ ਦੁੱਖ ਲੱਗਾ ਗੁਰਦਾਰਾ ਸਾਹਿਬ ਕਿ ਇਹ ਕੁਝ ਸਾਲ ਪਹਿਲਾਂ ਦੀ ਗੱਲ ਹੈ, ਕੁਝ ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਦੁੱਖ ਲੱਗਾ। ਮੈਂ ਉਸ ਤੋਂ ਬਾਅਦ ਜਦੋਂ ਵੀ ਪਿੰਡ ਜਾਂਦਾ ਜੀ ਜ਼ਰੂਰ ਚੱਕਦਾ ਹਾਂ ਵੀ ਮਰਨਾ ਜੰਮਣਾ ਪਰਮਾਤਮਾ ਦੇ ਹੱਥ 'ਚ ਆ, ਜਿੰਨੇ ਚਿਰ ਤੁਸੀਂ ਆਹ ਚੀਜ਼ਾਂ ਖਤਮ ਨਹੀਂ ਨਾ ਕਰੋਗੇ, ਗੱਲ ਲਾ ਲਿਓ ਤੁਸੀਂ, ਤੁਹਾਡੇ ਪਿੰਡ ਦੀ ਤਰੱਕੀ ਪੱਕੀ ਸੜਕ ਤਾਂ ਜ਼ਰੂਰ ਬਣ ਜੂਗੀ, ਪਰ ਮਾਨਸਿਕ ਤੌਰ 'ਤੇ ਤੁਸੀਂ ਕਦੇ ਵੀ ਤਰੱਕੀ ਨਹੀਂ ਕਰ ਸਕੋਗੇ। ਆਪਾਂ ਅਰਦਾਸ ਕਰਾਂਗੇ ਦੋਨੋਂ ਕਿ ਇਹ ਚੀਜ਼ਾਂ ਉੱਭਰ ਕੇ ਬਾਹਰ ਆਉਣ। ਅੱਜ ਤੁਸੀਂ ਟਾਈਮ ਕੱਢਿਆ ਗੁਰਦਾਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ। ਧੰਨਵਾਦ ਜੀ ਤੁਹਾਡਾ। ਦਰਸ਼ਕੋ ਇਸ ਸਨ ਰਾਜੀਵ ਗੁਰਦਾਰਾ ਜੀ, ਬਹੁਤ ਸੋਹਣਾ ਅਲੈਬਰੇਟ ਕੀਤਾ ਹਰ ਚੀਜ਼ ਦੇ ਉੱਤੇ, ਕੁਸ਼ਚਨ ਸੀਗੇ ਪਰ ਆਪਣੇ ਕੋਲ ਟਾਈਮ ਨਹੀਂ ਹੈ, ਤੁਸੀਂ ਆਪਣਾ ਪੂਰਾ ਖਿਆਲ ਰੱਖਣਾ, ਕੱਲ੍ਹ ਨੂੰ ਕਿਸੇ ਮੁਅੱਜ਼ਜ਼ ਮਹਿਮਾਨ ਨਾਲ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਹੋਵਾਂਗੇ, ਆਪਣਾ ਖਿਆਲ ਰੱਖਣਾ। ਮੈਨੂੰ ਗੁਰਲਾਲ ਦੀ ਇਜਾਜ਼ਤ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।